ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਤੇ ਸੁਭਾਏ ਮਾਨ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਬੰਦਗੀ ਅਸਥਾਨਾਂ ਤੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਿਰਪਾਲਤਾ ਕੀਤੀ ਹੈ ਜੋ ਸਾਨੂੰ ਆਪਣਾ ਜੀਵਨ ਸਫਲ ਬਣਾਉਣ ਦੇ ਵਾਸਤੇ ਸਤ ਸੰਗਤ ਦੀ ਹਾਜ਼ਰੀ ਬਖਸ਼ੀ ਹੈ। ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਪਾਤਸ਼ਾਹ ਦੀ ਮਹਾਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਗਰੀਬ ਨਿਵਾਸ ਸਤਿਗੁਰਾਂ ਦੀ ਬਾਣੀ ਕਥਾ ਦੇ ਰੂਪ ਸਰਵਣ ਕਰਨ ਵਾਸਤੇ ਇਕਾਗਰਤਾ ਬਖਸ਼ੀਏ। ਰਸਨਾ ਕਰੋ ਪਵਿੱਤਰ ਲਵਾਓ ਹਾਜ਼ਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 88 ਦੇ ਉੱਤੇ ਪਾਵਨ ਪਵਿੱਤਰ ਅੱਜ ਦਾ ਉਪਦੇਸ਼ ਸੁਭਾਏ ਮਾਨ ਹੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਰਾਗ ਦੀ ਵਾਰ ਦੇ ਅੰਦਰ ਸਲੋਕ ਉਚਾਰ ਕੇ ਪਵਿੱਤਰ ਉਪਦੇਸ਼ ਦਿੰਦੇ ਨੇ। ਸਲੋਕ ਮਹੱਲਾ ਤੀਜਾ। ਸਤਿਗੁਰੂ ਜਿਨੀ ਨਾ ਸੇਵਿਓ। ਤੀਸਰੇ ਪਾਤਸ਼ਾਹ ਕਹਿੰਦੇ ਭਾਈ, ਜਿਨ੍ਹਾਂ ਪੁਰਖਾਂ ਨੇ ਮਨੁੱਖਾ ਜਨਮ ਤਾਂ ਹਾਸਲ ਕੀਤਾ ਹੈ ਪਰ ਮਨੁੱਖਾ ਜਨਮ ਦੇ ਵਿੱਚ ਜਿਨ੍ਹਾਂ ਸਤਿਗੁਰੂ ਸਾਹਿਬ ਜੀ ਨੂੰ ਨਹੀਂ ਸੇਵਿਆ ਪੂਜਿਆ, ਗੁਰਾਂ ਦੀ ਸੇਵਾ ਨਹੀਂ ਕੀਤੀ, ਪੂਜਣ ਨਹੀਂ ਕੀਤਾ, ਮਹਾਰਾਜ ਦਾ ਬਚਨ ਨਹੀਂ ਜਿਨ੍ਹਾਂ ਨੇ ਕਮਾਇਆ। ਸ਼ਬਦ ਨਾ ਕੀਤੋ ਵਿਚਾਰ ਅਤੇ ਨਾ ਹੀ ਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ ਵਿਚਾਰ ਨਿਰਣਾ ਕੀਤਾ ਹੈ ਵੀ ਮੈਂ ਕਾਹਦੇ ਵਾਸਤੇ ਸੰਸਾਰ 'ਚ ਆਇਆ, ਅਤੇ ਨਾ ਹੀ ਕਹਿੰਦੇ ਵੀ ਵਿਚਾਰ ਕਰਕੇ
ਅਤੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਦਿਲ ਵਿੱਚ ਵਸਾਉਣਾ ਕੀਤਾ ਹੈ। ਅੰਤਰ ਗਿਆਨ ਨਾ ਆਇਓ, ਜਿਨ੍ਹਾਂ ਗੁਰ ਸ਼ਬਦ ਦੀ ਵਿਚਾਰ ਨਹੀਂ ਕੀਤੀ ਉਹਨਾਂ ਨੂੰ ਫਿਰ ਅੰਦਰ ਅਪਰੋਹ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਸਰੂਪ ਦਾ ਜੋ ਗਿਆਨ ਹੈ, ਪ੍ਰਤੱਖ ਸਾਕਸ਼ਾਤ ਪਰਮੇਸ਼ਰ ਦੇ ਜੋ ਦਰਸ਼ਨ ਹੋਣੇ ਹਨ, ਦੁਨਿਆਵੀ ਗਿਆਨ ਤਾਂ ਹਾਸਲ ਕਰ ਹੀ ਲੈਂਦੇ ਆ, ਕਿਤਾਬਾਂ ਪੜ੍ਹ ਕੇ ਇੱਧਰੋਂ ਸੁਣ ਲਿਆ ਕੁਝ, ਕਈ ਸਾਧਨ ਨੇ ਅੱਜ ਕੱਲ੍ਹ ਗਿਆਨ ਹਾਸਲ ਕਰਨ ਦੇ, ਜਿਹੜੀ ਕਿਸੇ ਨੂੰ ਕੋਈ ਗੱਲ ਨਾ ਪਤਾ ਲੱਗੇ ਉਹ ਨੈੱਟ 'ਤੇ ਝੱਟ ਲੱਭ ਲੈਂਦੇ ਆ। ਇਹ ਗਿਆਨ ਪਰਮੇਸ਼ਰ ਨਾਲ ਮਿਲਾਉਣ ਦਾ ਸਹਾਈ ਨਹੀਂ ਹੁੰਦਾ, ਉਹ ਗੁਰੂ ਦੇ ਸ਼ਬਦ ਵਿੱਚੋਂ ਹੀ ਗਿਆਨ ਮਿਲਣਾ। ਬਾਕੀ ਜਿੰਨੀ ਮਰਜ਼ੀ ਕੋਈ ਜਾਣਕਾਰੀ, ਕੋਈ ਗਿਆਨ, ਕੋਈ ਨੌਲੇਜ ਰੱਖਦਾ ਹੋਵੇ ਜਾਂ ਨੈੱਟ ਦੇ ਮਾਧਿਅਮ ਦੇ ਰਾਹੀਂ ਕੁਝ ਵੀ ਲੱਭ ਸਕਦਾ ਹੈ, ਪਰ ਅਪਰੋਹ ਗਿਆਨ ਨਹੀਂ ਸਾਧ ਸੰਗਤ ਲੱਭ ਸਕਦਾ, ਜਿਹਦੇ ਵਿੱਚ ਪ੍ਰਤੱਖ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਜਿਵੇਂ ਹੱਥ 'ਤੇ ਰੱਖੇ ਔਲੇ ਦੇ ਵਾਂਗ ਵਾਹਿਗੁਰੂ ਨੂੰ ਵੇਖ ਲੈਣਾ, ਇਹ ਗਿਆਨ ਗੁਰੂ ਦੇ ਸ਼ਬਦ ਦੁਆਰਾ ਹੁੰਦਾ। ਅਤੇ ਸਾਹਿਬ ਜੀ ਕਹਿੰਦੇ ਜਿਹਨਾਂ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ, ਅੰਤਰ ਗਿਆਨ ਨਾ ਆਇਓ, ਉਹਨਾਂ ਨੂੰ ਅੰਦਰ ਸਵੈ ਸਰੂਪ ਦਾ ਗਿਆਨ, ਅਪਰੋਹ ਗਿਆਨ ਆ ਕੇ ਪ੍ਰਾਪਤ ਨਹੀਂ ਹੋਇਆ। ਮ੍ਰਿਤਕ ਹੈ ਸੰਸਾਰ, ਇਹੋ ਜਿਹਾ ਸਾਰਾ ਹੀ ਸੰਸਾਰ ਕਹਿੰਦੇ ਮਰਿਆਂ ਦੀ ਨਿਆਈ ਹੈ, ਜਾਂ ਸਾਰੇ ਸੰਸਾਰ 'ਚੋਂ ਪੁਰਖ ਮ੍ਰਿਤਕ ਮੁਰਦੇ ਦੀ ਨਿਆਈ ਜਾਣਨਾ ਕਰੋ, ਜਿਹਨੂੰ ਗਿਆਨ ਹੀ ਹਾਸਲ ਨਹੀਂ ਹੈ। ਸਾਹਿਬ ਜੀ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਤਨਵੰਤ, ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਇਹ ਪੰਜ ਗੱਲਾਂ ਇੱਕ ਬੰਦੇ ਵਿੱਚ ਮਿਲਣੀਆਂ ਬੜੀਆਂ ਮੁਸ਼ਕਲ ਹਨ, ਪਰ ਕਹਿੰਦੇ ਵੀ ਜੇ ਪੰਜੇ ਹੀ ਗੱਲਾਂ ਕਿਸੇ ਦੇ ਵਿੱਚ ਮਿਲ ਜਾਣ, ਉੱਚੀ ਕੁਲ ਦਾ ਹੋਵੇ, ਅਤ ਸੁੰਦਰ ਸੋਹਣਾ ਹੋਵੇ ਰੱਜ ਕੇ, ਕੁਲੀਨ ਉੱਚੀ ਕੁਲ ਹੋਵੇ, ਖਾਨਦਾਨ ਬਹੁਤ ਕਹਿੰਦਾ ਵੀ ਮੇਰਾ ਉੱਚਾ ਹੈ, ਅਤ ਸੁੰਦਰ ਕੁਲੀਨ ਫਿਰ ਚਤੁਰ ਹੋਵੇ ਗੱਲ ਕਰਨ ਦੇ ਵਿੱਚ, ਮੁੱਖ ਗਿਆਨੀ ਅਤੇ ਮੁੱਖ ਗਿਆਨੀਆਂ ਦੇ ਵਿੱਚ ਗਿਣਤੀ ਹੋਵੇ, ਮੁੱਖ ਦਾ ਗਿਆਨੀ ਹੋਵੇ, ਹਰ ਗੱਲ ਝੱਟ ਹੀ ਦੱਸ ਦੇ ਜੇ ਕੋਈ ਪੁੱਛੇ ਤਾਂ, ਅਤੇ ਨਾਲ ਹੀ ਧਨਵੰਤ ਧਨਵਾਨ ਹੋਵੇ। ਇਹ ਪੰਜ ਜਿਹੜੇ ਗੁਣ ਹਨ ਇੱਕੇ ਦੇ ਵਿੱਚ ਜੇ ਹੋਣ ਵੀ ਤਾਂ, ਪਰ ਉਹ ਪਰਮੇਸ਼ਰ ਦਾ ਜੇ ਨਾਮ ਨਾ ਜਪਦਾ ਹੋਵੇ ਤਾਂ, ਸਾਹਿਬ ਕਹਿੰਦੇ ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਪਰਮੇਸ਼ਰ ਦੀ ਜੇ ਅੰਦਰ ਪ੍ਰੀਤ ਨਹੀਂ ਹੈ ਤਾਂ ਇਹ ਮਾਇਆਧਾਰੀ ਹੋਣਾ, ਗਿਆਨੀ ਹੋਣਾ, ਚਤੁਰ ਹੋਣਾ, ਉੱਚੇ ਕੁੱਲ ਵਿੱਚੋਂ ਹੋਣਾ ਅਤੇ ਜਾਂ ਫਿਰ ਬਹੁਤ ਸੋਹਣਾ ਹੋਣਾ, ਇਹ ਵੀ ਮੁਰਦੇ ਦੇ ਤੋਲੀ ਹੈ ਜੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਅਤੇ ਤੀਸਰੇ ਪਾਤਸ਼ਾਹ ਇੱਥੇ ਹੀ ਸਾਨੂੰ ਉਪਦੇਸ਼ ਦੇ ਰਹੇ ਹਨ, ਜਿਨ੍ਹਾਂ ਨੂੰ ਗਿਆਨ ਹੀ ਨਹੀਂ ਗੁਰੂ ਦੇ ਸ਼ਬਦ ਦੁਆਰਾ ਪ੍ਰਾਪਤ ਹੋਇਆ, ਉਹ ਸੰਸਾਰ ਵਿੱਚ ਮਰਿਆਂ ਦੀ ਨਿਆਈ ਮੁਰਦਿਆਂ ਦੀ ਗਿਣਤੀ 'ਚ ਜਾਣਨਾ ਕਰੋ। ਲੱਖ 84 ਫੇਰ ਪਾਇਆ, 84 ਲੱਖ ਜੂਨਾਂ ਦਾ ਫੇਰ ਕੀ ਹੈ, ਫੇਰਾ ਚੱਕਰ ਗੇੜਾ ਉਹਨਾਂ ਨੂੰ ਪਿਆ ਹੀ ਰਹਿੰਦਾ ਹੈ ਬੇਮੁਖ ਪੁਰਖਾਂ ਨੂੰ। ਮਰ ਜੰਮੇ ਹੋਏ ਖੁਆਰ, ਮੌਤ ਦੇ ਮਾਰੇ ਮਰ ਜਾਂਦੇ ਨੇ, ਪਰਾਲਬਧ ਪੂਰੀ ਹੋਈ ਤੋਂ ਵਾਸ਼ਨਾ ਦੇ ਵਧੇ ਫੇਰ ਕਿਸੇ ਜੂਨ ਵਿੱਚ ਜੰਮ ਪੈਂਦੇ ਹਨ। ਇਸੇ ਤਰ੍ਹਾਂ ਕਹਿੰਦੇ ਵੀ ਖੁਆਰ ਹੀ ਹੁੰਦੇ ਆ, ਖੱਜਲ ਹੀ ਹੁੰਦੇ ਨੇ ਜੰਮਦੇ ਮਰਦੇ। ਸਤਿਗੁਰ ਕੀ ਸੇਵਾ ਸੋ ਕਰੇ, ਪਾਤਸ਼ਾਹ ਕਹਿੰਦੇ ਵੀ ਇਹਨਾਂ ਨੂੰ ਕਹੀਏ ਵੀ ਕੀ ਲੋਕਾਂ ਨੂੰ, ਅਸਲ 'ਚ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਸੇਵਾ
ਉਹੀ ਪੁਰਖ ਕਰ ਸਕਦੇ, ਉਹਨਾਂ ਨੂੰ ਸੇਵਾ ਦੀ ਦਾਤ ਮਿਲੀ ਹੈ। ਜਿਸ ਨੂੰ ਆਪ ਕਰਾਏ ਸੋਏ, ਸੋਏ ਦਾ ਅਰਥ ਹੈ ਉਹ ਭਾਵ ਪਰਮੇਸ਼ਰ, ਉਹ ਵਾਹਿਗੁਰੂ ਆਪ, ਜਿਨ੍ਹਾਂ ਦੇ ਪਾਸੋਂ ਪ੍ਰੇਰਣਾ ਕਰਕੇ ਸੇਵਾ ਕਰਾ ਲੈਂਦਾ, ਸਤਿਗੁਰੂ ਦੀ ਸੇਵਾ ਉਹੀ ਕਰਦਾ ਹੈ। ਬਹੁਤੇ ਤਾਂ ਤਰਕ ਹੀ ਕਰਨਗੇ, ਪਰ ਜਿਨ੍ਹਾਂ ਦੇ ਪਰਮੇਸ਼ਰ ਨੇ ਕਿਰਪਾ ਕੀਤੀ, ਉਹਨਾਂ ਦੇ ਕੋਲੋਂ ਵਾਹਿਗੁਰੂ ਸਤਿਗੁਰੂ ਸਾਹਿਬ ਦੀ ਸੇਵਾ ਕਰਾਉਂਦਾ ਹੈ। ਉਹਦਾ ਕਾਰਨ ਇਹ ਹੈ ਵੀ ਜਿਹੜਾ ਗੁਰਾਂ ਦੀ ਸੇਵਾ ਕਰੇ, ਪਰਮੇਸ਼ਰ ਦਾ ਗਿਆਨ ਵੀ ਉਸੇ ਨੂੰ ਹਾਸਲ ਹੁੰਦਾ ਏ। ਸਤਿਗੁਰ ਵਿੱਚ ਨਾਮ ਨਿਧਾਨ ਹੈ। ਸਤ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੀ ਭਗਤੀ ਦੇ ਨਾਮ ਦਾ ਨਿਧਾਨ ਖਜ਼ਾਨਾ ਹੈ। ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਸਾਹਿਬ ਸਮੁੰਦਰ ਹਨ, ਨਾਮ ਭਗਤੀ ਗਿਆਨ ਦੇ ਰਤਨਾਂ ਦੇ ਨਾਲ ਪਰਿਪੂਰਨ ਨੇ। ਅੰਮ੍ਰਿਤ ਸੰਤ ਚੁੱਗ ਹੈ ਨਹੀਂ ਦੂਰੇ, ਅਤੇ ਜਿਹੜੇ ਸੰਤ ਗੁਰਸਿੱਖ ਪਿਆਰੇ ਨੇ ਉਹ ਉੱਥੋਂ ਨਾਮ ਅੰਮ੍ਰਿਤ ਨੂੰ, ਪਰਮੇਸ਼ਰ ਦੇ ਗੁਣਾਂ ਨੂੰ, ਗਿਆਨ ਨੂੰ ਗ੍ਰਹਿਣ ਕਰਦੇ ਹਨ, ਦੂਰ ਨਹੀਂ ਹੁੰਦੇ ਸੰਗਤ ਤੋਂ। ਇਸ ਕਰਕੇ ਤੀਸਰੇ ਪਾਤਸ਼ਾਹ ਦਾ ਇਹ ਪਾਵਨ ਬਚਨ ਹੈ ਵੀ ਜੋ ਸਤਿਗੁਰੂ ਸਾਹਿਬ ਜੀ ਹਨ, ਉਹਨਾਂ ਦੇ ਵਿੱਚ ਨਿਧਾਨ ਖਜ਼ਾਨਾ ਹੈ ਪਰਮੇਸ਼ਰ ਦੇ ਨਾਮ ਦਾ। ਵੰਡੀ ਜਾਂਦੇ ਨੇ ਐਸਾ ਖਜ਼ਾਨਾ ਮੁੱਕਦਾ ਹੀ ਨਹੀਂ, ਅਮੁੱਕ ਖਜ਼ਾਨੇ ਨੇ। ਜਿਹੜਾ ਵੀ ਸ਼ਰਨ ਆਉਂਦਾ ਹੈ ਉਹਨੂੰ ਨਾਮ ਗਿਆਨ ਭਗਤੀ ਦਾਨ ਦਿੰਦੇ ਹਨ। ਕਰਮ ਪ੍ਰਾਪਤ ਹੋਏ, ਪ੍ਰਾਪਤ ਦੇ ਖਜ਼ਾਨਾ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਮਹਾਰਾਜ ਜੀ ਨੇ ਕਰਮ ਬਖਸ਼ੀ ਕੀਤੀ ਹੈ, ਜਿਨ੍ਹਾਂ ਦੇ ਸਤਿਗੁਰੂ ਸਾਹਿਬ ਆਪ ਕਿਰਪਾ ਕਰ ਦਿੰਦੇ ਹੈ, ਉਹਨਾਂ ਨੂੰ ਗੁਰਾਂ ਦੀ ਸੰਗਤ ਦੇ ਵਿੱਚੋਂ, ਸ਼ਰਨ ਦੇ ਵਿੱਚੋਂ ਪਰਮੇਸ਼ੁਰ ਦਾ ਜੋ ਨਾਮ ਰੂਪੀ ਨਿਧਾਨ ਖਜ਼ਾਨਾ ਹੈ। ਖਜ਼ਾਨਾ ਕਿਹਨੂੰ ਕਹਿੰਦੇ ਨੇ? ਜਿਹਦੇ ਵਿੱਚ ਹਰ ਇੱਕ ਸ਼ੈ ਹੋਵੇ ਕੀਮਤੀ ਤੋਂ ਕੀਮਤੀ, ਅਤੇ ਪਰਮੇਸ਼ੁਰ ਦਾ ਨਾਮ ਜੋ ਹੈ ਇਹਦੇ ਵਿੱਚ ਸਭ ਕੁਝ ਹੀ ਹੈ। ਦੁਨੀਆ ਦੇ ਖਜ਼ਾਨਿਆਂ 'ਚ ਤਾਂ ਕੇਵਲ ਉਹ ਵਸਤੂਆਂ ਹੁੰਦੀਆਂ ਜਿਹੜੀਆਂ ਸੰਸਾਰ 'ਚ ਕੁਝ ਸਮੇਂ ਲਈ ਕੰਮ ਆਉਂਦੀਆਂ ਨੇ, ਪਰ ਨਾਮ ਦੇ ਖਜ਼ਾਨੇ 'ਚ ਦੁਨੀਆ ਦੇ ਸੁੱਖ ਵੀ ਅਤੇ ਪਰਲੋਕ ਦੇ ਵੀ ਸੁੱਖ ਹਨ। ਦੋਵਾਂ ਜਹਾਨਾਂ ਦਾ ਸਾਰਾ ਹੀ ਆਨੰਦ ਪਰਮੇਸ਼ੁਰ ਦੇ ਨਾਮ ਦੇ ਵਿੱਚ ਹੈ। ਨਾਮ ਦੋਵਾਂ ਲੋਕਾਂ ਵਿੱਚ ਸਹਾਈ ਹੁੰਦਾ, ਅਤੇ ਗੁਰਾਂ ਦੀ ਕਿਰਪਾ ਰਾਹੀਂ ਹੀ ਇਹ ਨਾਮ ਦਾ ਖਜ਼ਾਨਾ ਮਿਲਦਾ ਏ। ਸੱਚ ਰਤੇ ਗੁਰ ਸ਼ਬਦ ਸਿਉ, ਜਿਹੜੇ ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਰਤੇ ਹੋਏ ਹਨ, ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਰੰਗੇ ਰਹਿੰਦੇ ਹਨ, ਪੜ੍ਹਨ ਵਿੱਚ ਹੀ ਜਿਨ੍ਹਾਂ ਦਾ ਪ੍ਰੇਮ ਹੈ। ਤਿੰਨ ਸੱਚੀ ਸਦਾ ਲਿਵ ਹੋਏ, ਉਹਨਾਂ ਪੁਰਖਾਂ ਦੀ ਸਦਾ ਸੱਚੀ ਲਿਵ ਹੈ, ਉਹਨਾਂ ਦੀ ਸੱਚੀ ਬਿਰਤੀ ਹੈ। ਉਹ ਪਖੰਡ ਕਰਕੇ ਨਹੀਂ ਵਿਖਾਉਂਦੇ, ਐਵੇਂ ਉਂਝ ਬਗਲੇ ਵਾਂਗੂ ਸਮਾਧੀ ਲਾ ਕੇ ਅੱਖਾਂ ਮੀਟ ਮੀਟ ਨਹੀਂ ਵਿਖਾਉਂਦੇ, ਉਹਨਾਂ ਦੇ ਅੰਦਰੋਂ ਸੱਚੀ ਕਹਿੰਦੇ ਲਿਵ ਲੱਗੀ ਹੈ ਪਰਮੇਸ਼ਰ ਦੇ ਵਿੱਚ। ਜਿਹੜੇ ਗੁਰ ਸ਼ਬਦ ਦੇ ਨਾਲ ਮਿਲੇ ਨੇ, ਗੁਰ ਸ਼ਬਦ ਦੁਆਰਾ ਗੁਰਬਾਣੀ ਪੜ੍ਹ ਪੜ੍ਹ ਕੇ ਉਹਨਾਂ ਦੀ ਬਿਰਤੀ ਸੱਚੇ ਵਾਹਿਗੁਰੂ ਦੇ ਵਿੱਚ, ਉਹਦੇ ਨਾਮ ਵਿੱਚ ਰੰਗੀ ਗਈ ਹੈ। ਜਿਨ੍ਹਾਂ ਦੀ ਬਿਰਤੀ ਨਾਮ ਵਿੱਚ ਰੰਗੀ ਗਈ, ਉਹਨਾਂ ਦੀ ਸੁਰਤ ਵੀ ਸੱਚੇ ਵਿੱਚ ਹੀ ਜੁੜਦੀ ਹੈ, ਉਹਨਾਂ ਦੀ ਸੁਰਤੀ ਵੀ ਸੱਚੀ ਹੈ, ਉਹਨਾਂ ਦੀ ਬਿਰਤੀ ਵੀ ਵਾਹਿਗੁਰੂ ਵਿੱਚ ਹੀ ਜੁੜਦੀ, ਹੋਰ ਖਿਆਲਾਂ 'ਚ ਨਹੀਂ ਪਰਚਦੇ। ਉਹ ਤਾਂ ਗੁਰੂ ਕਲਗੀਧਰ ਸਾਹਿਬ ਵਾਂਗੂ ਕੰਡਿਆਂ ਦੀ ਸੇਜ 'ਤੇ ਵੀ ਭਾਵੇਂ ਸੁੱਤੇ ਹੋਣ, ਪਰ ਫਿਰ ਵੀ ਕਹਿੰਦੇ ਨੇ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਐਸਾ ਖਿਆਲ ਉਹਨਾਂ ਦਾ ਹੋ ਜਾਂਦਾ ਹੈ ਵੀ ਸਦਾ ਸੱਚੇ ਨਾਲ ਜੁੜੇ ਰਹਿੰਦੇ ਹਨ। ਨਾਨਕ ਜਿਸ ਨੂੰ ਮੇਲੇ ਨਾ ਵਿਛੋੜੈ, ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਫਿਰ ਜਿਨ੍ਹਾਂ ਨੂੰ ਵਾਹਿਗੁਰੂ ਗੁਰੂ ਸਾਹਿਬ ਦੇ ਰਾਹੀਂ ਆਪਣੇ ਨਾਲ ਮੇਲ ਲੈਂਦਾ, ਆਪਣੇ ਸਰੂਪ ਵਿੱਚ ਮੇਲ ਲੈਂਦਾ, ਉਹ ਵਿਛੜਦੇ ਨਹੀਂ ਹਨ। ਸਹਿਜ ਸਮਾਵੈ ਸੋਏ, ਸਹਿਜੇ ਸੁਤੇ ਸੇਧੀ ਉਹ ਪੁਰਖ ਵਾਹਿਗੁਰੂ ਵਿੱਚ ਸਮਾਏ ਰਹਿੰਦੇ, ਪਰਮੇਸ਼ਰ ਵਿੱਚ ਲੀਨ ਰਹਿੰਦੇ ਹਨ। ਮਹੱਲਾ ਤੀਜਾ, ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ
ਭਗਤ ਤਾਂ ਬਹੁਤ ਲੋਕ ਆਪਣੇ ਆਪ ਨੂੰ ਅਖਵਾਉਂਦੇ ਹਨ, ਪਰ ਤੁਸੀਂ ਦੱਸੋ ਵੀ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਦੇ ਲੱਛਣ ਕੀ ਹੁੰਦੇ ਨੇ, ਤੁਸੀਂ ਭਗਤ ਕਿਹਨੂੰ ਕਹਿੰਦੇ ਹੋ? ਤਾਂ ਉਸ ਵੇਲੇ ਮਹਾਰਾਜ ਦੱਸਦੇ ਹਨ, ਸੋ ਭਗਵਤੀ ਜੋ ਭਗਵੰਤੈ ਜਾਣੈ। ਸੋ ਭਗਵਤੀ ਕਹਿੰਦੇ ਵੀ ਉਹ ਭਗਵਤੀ ਦਾ ਅਰਥ ਇੱਥੇ ਸਾਧ ਸੰਗਤ ਪਰਮੇਸ਼ੁਰ ਦੀ ਬੰਦਗੀ ਕਰਨ ਵਾਲਾ ਭਗਤ ਹੈ। ਭਗਵਤੀ ਸ਼ਬਦ ਅਰਦਾਸ ਦੇ ਆਰੰਭ ਵਿੱਚ ਆਉਂਦਾ, ਕਈ ਬੜੇ ਕਲਪਦੇ ਹੈ, ਕੱਪੜਿਆਂ ਸਣੇ ਹੀ ਉਹਨਾਂ ਨੂੰ ਅੱਗ ਲੱਗ ਜਾਂਦੀ, ਕਹਿੰਦੇ ਭਗਵਤੀ ਲਿਖਿਆ ਇੱਥੇ। ਭਗਵਤੀ ਦੇ ਅਰਥ ਜਿਹੜੇ ਹਨ ਉਹ ਵਿਦਵਾਨਾਂ ਨੇ ਅਨੇਕਾਂ ਕੀਤੇ ਨੇ। ਹੁਣ ਜਿਵੇਂ ਆਪਾਂ ਅਰਦਾਸ ਹੀ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ਼੍ਰੀ ਭਗਵਤੀ ਜੀ ਕੀ। ਇਹ ਜਿੱਥੇ ਲਿਖਿਆ ਨਾ ਵਾਰ ਸ਼੍ਰੀ ਭਗਵਤੀ ਜੀ ਕੀ, ਇਹ ਹੈ ਸ਼੍ਰੀ ਸਾਹਿਬ ਦਾ ਨਾਮ। ਪਰਮੇਸ਼ੁਰ ਅਕਾਲ ਪੁਰਖ ਦੇ ਵਾਂਗ ਹੀ ਮਹਾਰਾਜ ਨੇ ਸ਼ਸਤਰ ਦਾ ਸਤਿਕਾਰ ਕੀਤਾ, ਵਾਰ ਸ਼੍ਰੀ ਭਗਵਤੀ ਜੀ ਕੀ, ਭਾਵ ਸ਼ਸਤਰ ਦੀ ਵਾਰ ਹੈ। ਅਤੇ ਗਰੀਬਨ ਵਾਰ ਸਤਿਗੁਰੂ ਸਾਹਿਬ ਨੇ ਇੱਥੇ 3 ਵਾਰਾਂ ਭਗਵਤੀ ਸ਼ਬਦ ਵਰਤਿਆ ਹੈ। 10ਵੇਂ ਪਾਤਸ਼ਾਹ ਨੇ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ, ਮਾਫ਼ ਕਰਨਾ ਜਿੱਥੇ ਲਿਖਿਆ ਸ਼੍ਰੀ ਭਗਵਤੀ ਜੀ ਸਹਾਏ, ਇਹ ਸ਼੍ਰੀ ਸਾਹਿਬ ਵਾਸਤੇ ਹੈ। ਵਾਰ ਸ਼੍ਰੀ ਭਗਵਤੀ ਜੀ ਕੀ, ਇਹ ਚੰਡੀ ਦਾ ਨਾਮ ਹੈ। ਅਤੇ ਜਿੱਥੇ ਅੱਗੇ ਜਾ ਕੇ ਕਹਿੰਦੇ ਨਾ ਪ੍ਰਿਥਮ ਭਗਵਤੀ ਸਿਮਰਕ ਹੈ, ਇਹ ਪਰਮੇਸ਼ੁਰ ਦਾ ਨਾਮ ਹੈ। ਹੁਣ ਸ਼ਬਦ ਇੱਕ ਹੈ, 3 ਵਾਰਾਂ ਆ ਗਿਆ ਪਰ ਅਰਥ ਵੱਖਰੇ ਨੇ। ਸਭ ਤੋਂ ਪਹਿਲਾਂ ਜਿਹੜਾ ਲਿਖਿਆ ਹੈ ਉਹ ਸ਼੍ਰੀ ਸਾਹਿਬ ਦਾ ਨਾਮ ਹੈ, ਜਿੱਥੇ ਦੂਜੇ ਨੰਬਰ 'ਤੇ ਲਿਖਿਆ ਵਾਰ ਸ਼੍ਰੀ ਭਗਵਤੀ ਜੀ ਕੀ, ਇਹ ਚੰਡੀ ਦਾ ਨਾਮ ਹੈ। ਅਤੇ ਜਿੱਥੇ ਲਿਖਿਆ ਪ੍ਰਿਥਮ ਭਗਵਤੀ ਸਿਮਰਕ ਹੈ, ਇਹ ਪਰਮੇਸ਼ੁਰ ਦਾ ਨਾਮ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਭਗਵਤੀ ਇੱਕ ਰਾਸਧਾਰੀਆਂ ਦਾ ਪੰਥ ਵੀ ਹੈ, ਉਹ ਕ੍ਰਿਸ਼ਨ ਰਾਧਾ ਬਣ ਕੇ ਰਾਸਾਂ ਪਾਉਂਦੇ, ਉਹ ਵੀ ਆਪਣੇ ਆਪ ਨੂੰ ਭਗਵਤੀ ਅਖਵਾਉਂਦੇ ਹਨ। ਜਾਪ ਸਾਹਿਬ ਦੇ ਵਿੱਚ ਭਗਵਤੀ ਛੰਦ ਵੀ ਹੈ, ਇੱਕ ਛੰਦ ਦਾ ਨਾਮ ਹੀ ਹੈ। ਸੋ ਇਸ ਪ੍ਰਕਾਰ ਦੇ ਨਾਲ ਇੱਥੇ ਜਿਹੜਾ ਅਰਥ ਹੈ ਭਗਵਤੀ ਦਾ, ਉਹ ਹੈ ਭਗਤ ਪਰਮੇਸ਼ੁਰ ਦਾ, ਜੋ ਭਗਤ ਹੈ ਵਾਹਿਗੁਰੂ ਦੀ, ਜੋ ਬੰਦਗੀ ਕਰਨ ਵਾਲਾ ਹੈ। ਸੋ ਅਰਥ ਜਿਹੜੇ ਹਨ ਉਹਨਾਂ ਨੂੰ ਸਮੇਂ ਮੁਤਾਬਕ ਸਮਝਣ ਦੇ ਨਾਲ ਜੋ ਕੋਈ ਪਾਤਸ਼ਾਹ ਦਾ ਬਚਨ ਹੈ ਉਹ ਪਤਾ ਚੱਲਦਾ। ਜਦੋਂ ਐਵੇਂ ਰੌਲਾ ਪਾ ਦਈਏ ਵੀ ਇਹ ਤਾਂ ਭਗਵਤੀ ਦੀ ਗੱਲ ਆ ਗਈ ਜੀ, ਇਹ ਤਾਂ ਫਲਾਨੀ ਆ ਗਈ, ਉਹ ਬੇਸਮਝ ਬੇਵਕੂਫ ਲੋਕ ਨੇ। ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਨਹੀਂ ਪੜ੍ਹੀ, 10ਵੇਂ ਗ੍ਰੰਥ ਦੀ ਤਾਂ ਬੜੀ ਦੂਰ ਦੀ ਗੱਲ ਹੈ। ਅਤੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਤੀਸਰੇ ਸਤਿਗੁਰੂ ਕਹਿੰਦੇ ਨੇ ਭਾਈ, ਸੋ ਭਗਵਤੀ, ਕਹਿੰਦੇ ਉਹ ਭਗਵਤੀਆ ਹੈ, ਉਹ ਪਰਮੇਸ਼ੁਰ ਦਾ ਭਗਤ ਹੈ, ਜੋ ਭਗਵੰਤੈ ਜਾਣੈ, ਜਿਹੜਾ ਭਗਵੰਤ ਪਰਮੇਸ਼ੁਰ ਅਕਾਲ ਪੁਰਖ ਨੂੰ ਆਪਣਾ ਰੂਪ ਕਰਕੇ ਜਾਣਦਾ, ਪਰਮੇਸ਼ੁਰ ਨੂੰ ਹਾਜ਼ਰ ਨਾਜ਼ਰ ਜਾਣਦਾ, ਜਿਹੜਾ ਸਾਰਿਆਂ 'ਚ ਵਾਹਿਗੁਰੂ ਦੀ ਜੋਤ ਨੂੰ ਜਾਣਦਾ, ਉਹੀ ਅਸਲੀ ਭਗਤ ਹੈ। ਗੁਰ ਪ੍ਰਸਾਦੀ ਆਪ ਪਛਾਣੈ, ਜਿਹੜਾ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਆਪਣੇ ਸਵੈ ਸਰੂਪ ਨੂੰ ਪਛਾਣ ਲੈਂਦਾ ਵੀ ਮਨ ਤੂੰ ਜੋਤ ਸਰੂਪ ਹੈ, ਕਹਿੰਦੇ ਕਿਹੜੇ ਪਾਸੇ ਲੱਗਾ, ਤੂੰ ਤਾਂ ਰੱਬ ਦਾ ਰੂਪ ਹੈ, ਉਹਦੀ ਅੰਸ਼ ਹੈ। ਇਹ ਗੁਰੂ ਦੀ ਕਿਰਪਾ ਦੇ ਦੁਆਰਾ ਜਿਹੜਾ ਆਪਣੇ ਅਸਲੇ ਨੂੰ ਪਛਾਣ ਲਵੇ, ਧਾਵਤ ਰਾਖੈ ਇਕਤ ਘਰ ਆਣੈ, ਧਾਵਤ ਰਾਖੈ ਧੌਂਦੇ ਹੋਏ ਦੌੜਦੇ ਹੋਏ ਮਨ ਨੂੰ ਕਹਿੰਦੇ ਵੀ ਰਾਖੇ ਰੋਕ ਕੇ ਰੱਖਣਾ ਕਰੇ, ਰੋਕ ਕੇ ਕਿਵੇਂ ਰੱਖਣਾ ਹੈ, ਇਕਤ ਘਰ ਆਣੇ, ਕਹਿੰਦੇ ਏਕਤਾ ਦੇ ਘਰ ਸਾਧ ਸੰਗਤ ਚ ਲਿਆਵੇ, ਜਾਂ ਇਕਤ ਘਰ ਏਕਤਾ ਦਾ ਘਰ ਹੈ ਵੀ ਸਵੈ ਸਰੂਪ ਦੇ ਵਿੱਚ ਵਾਰ ਵਾਰ ਜੋੜੇ, ਉਹ ਕਿਵੇਂ ਜੁੜੂਗਾ ਫਿਰ ਮਨ,
ਕਹਿੰਦੇ ਵੀ ਜਿਹੜਾ ਮਨ ਹੈ ਧੌਂਦਾ ਹੈ ਦੌੜਦਾ ਹੈ, ਦੌੜਨ ਦਾ ਰਾਹ ਕੀ ਹੈ? ਜਿਹੜੇ ਇੰਦਰੀਏ ਨੇ ਸਾਡੇ, ਇੰਦਰੀਆਂ ਦੇ ਰਾਹੀਂ ਹੀ ਮਨ ਬਾਹਰ ਨੂੰ ਦੌੜਦਾ ਹੈ। ਅੱਖਾਂ ਨਾਲ ਜਦੋਂ ਭੈੜੀ ਨਿਗਾਹ ਨਾਲ ਕਿਸੇ ਨੂੰ ਵੇਖਦਾ, ਕੰਨਾਂ ਨਾਲ ਮੰਦਾ ਸੁਣਦਾ, ਫਿਰ ਇਹਨਾਂ ਇੰਦਰੀਆਂ ਦੇ ਰਾਹੀਂ ਮਨ ਕਹਿੰਦੇ ਬਾਹਰ ਆਉਂਦਾ। ਅਤੇ ਸਤਿਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਇਹ ਬਾਹਰ ਦੌੜਦੇ ਮਨ ਨੂੰ ਇੰਦਰੀਆਂ ਦੇ ਵਿਸ਼ਿਆਂ ਵੱਲੋਂ ਕਹਿੰਦੇ ਵੀ ਵਰਜ ਕੇ ਰੱਖੇ, ਦੌੜਨ ਨਾ ਦੇਵੇ। ਅਤੇ ਫਿਰ ਜਦੋਂ ਮਨ ਇੰਦਰੀਆਂ ਦੇ ਵਿਸ਼ਿਆਂ ਵੱਲੋਂ ਵਰਜਿਆ ਰਹਿ ਗਿਆ, ਇੱਕ ਤਾਂ ਘਰ ਆਉਣਾ, ਕਹਿੰਦੇ ਏਕਤਾ ਦੇ ਘਰ ਦੇ ਵਿੱਚ ਭਾਵ ਕੇ ਸਵੈ ਸਰੂਪ ਦੇ ਵਿੱਚ ਲੈ ਆਵੇ, ਏਕਤਾ ਦੇ ਘਰ ਵਿੱਚ ਤੋਂ ਭਾਵ ਕੇ ਵਾਹਿਗੁਰੂ ਵਿੱਚ ਬਿਰਤੀ ਵਿੱਚ ਇਸ ਮਨ ਨੂੰ ਫਿਰ ਜੋੜਨਾ ਕਰੇ। ਜੀਵਤ ਮਰੈ ਹਰ ਨਾਮ ਵਖਾਣੈ, ਜੀਵਤ ਮਰੈ, ਜੀਵਤ ਭਾਵ ਤੋਂ ਮਰ ਜਾਵੇ, ਦੇਹ ਦੀ ਹਉਮੈ ਨਾ ਕਰੇ, ਆਪਣੇ ਨਾਮ ਦੀ ਹਉਮੈ ਨਾ ਕਰੇ, ਕੁਲ ਦੀ ਹਉਮੈ ਨਾ ਕਰੇ, ਵੀ ਮੇਰੀ ਕੁਲ ਖਾਨਦਾਨ ਹੈ, ਆਪਣੀ ਜਾਤ ਦੀ ਹਉਮੈ ਨਾ ਕਰੇ, ਫਿਰ ਆਪਣੇ ਵਿੱਚ ਕੋਈ ਗੁਣ ਹੋਣ, ਕੋਈ ਕਲਾ ਹੋਵੇ, ਕੋਈ ਵਿੱਦਿਆ ਸਿੱਖੀ ਹੋਵੇ, ਉਹਦੀ ਹਉਮੈ ਨਾ ਕਰੇ, ਇਹੀ ਜੀਵਤ ਭਾਵ ਤੋਂ ਮਰਨਾ ਹੈ। ਵੀ ਜਿਉਂਦਿਆਂ ਹੀ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ, ਜੇ ਸਿੱਖ ਬਣਨਾ ਹੈ ਤਾਂ ਮੁਰਦਾ ਬਣਨਾ ਪਊ। ਇੱਥੇ ਹੁਣ ਮੁਰਦੇ ਤੋਂ ਭਾਵ ਜੇ ਆਪਾਂ ਸਮਝਾਂਗੇ ਵੀ ਮਹਾਰਾਜ ਸਾਨੂੰ ਕਹਿੰਦੇ ਮਰ ਜਾਓ, ਕਹਿੰਦੇ ਸਰੀਰ ਕਰਕੇ ਨਹੀਂ, ਕਹਿੰਦੇ ਵੀ ਅੰਦਰ ਜਿਹੜੀ ਭਾਵਨਾ ਮਾੜੀ ਹੈ ਨਾ ਉਹ ਮਾਰ ਦਿਓ, ਵਿਸ਼ੇ ਵਿਕਾਰਾਂ ਵਾਲੀ ਭਾਵਨਾ ਮਾਰ ਦਿਓ। ਮੁਰਦੇ 'ਚ ਨਾ ਵਿਕਾਰ ਫੁਰਦੇ ਹੈ, ਮੁਰਦੇ 'ਚ ਨਾ ਹਉਮੈ ਹੁੰਦੀ ਹੈ, ਮੁਰਦੇ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ, ਉਹਨੂੰ ਕੋਈ ਮਾਣ ਦੇਵੇ, ਉਹਨੂੰ ਕੋਈ ਅਪਮਾਨ ਦੇਵੇ, ਮੁਰਦਾ ਤਾਂ ਨਹੀਂ ਕਿਸੇ ਨੂੰ ਕੋ ਜਾਂਦਾ। ਕਹਿੰਦੇ ਇਸ ਤਰ੍ਹਾਂ ਦੀ ਬਿਰਤੀ ਕਰੇ, ਜੀਵਤ ਭਾਵ ਤੋਂ ਮਰ ਕੇ ਹਰ ਨਾਮ ਵਖਾਣੈ, ਹਰੀ ਪਰਮੇਸ਼ਰ ਦੇ ਨਾਮ ਦਾ ਵਖਿਆਣ ਕਰੇ, ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੇ, ਨਾਮ ਦੇ ਗੁਣ ਗਾਵੇ, ਨਾਮ ਦੁਆਰਾ ਵਾਹਿਗੁਰੂ ਨੂੰ ਚੇਤੇ ਕਰੇ ਸਵਾਸ ਸਵਾਸ। ਐਸਾ ਭਗਉਤੀ ਉੱਤਮ ਹੋਏ, ਜਿਹੜਾ ਐਸਾ ਭਗਉਤੀ ਹੈ ਨਾ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ, ਜਿਹੜਾ ਇਹੋ ਜਿਹਾ ਭਗਤ ਹੈ ਜੋ ਆ ਲਛਣ ਮਹਾਰਾਜ ਜੀ ਨੇ ਦੱਸੇ ਹਨ, ਉਹ ਉੱਤਮ ਹੁੰਦਾ ਹੈ, ਉਹ ਸਾਰਿਆਂ ਨਾਲੋਂ ਸ੍ਰੇਸ਼ਟ ਹੈ। ਗੱਲੀ ਬਾਤੀ ਤਾਂ ਸਾਰੇ ਹੀ ਕਹਿੰਦੇ ਵੀ ਅਸੀਂ ਭਗਉਤੀਏ, ਭਾਵ ਅਸੀਂ ਪਰਮੇਸ਼ਰ ਦੇ ਭਗਤ ਹੈ, ਪਰ ਜਿਨ੍ਹਾਂ 'ਚ ਇਹ ਲੱਛਣ ਨੇ ਉਹ ਉੱਤਮ ਸ੍ਰੇਸ਼ਟ ਭਗਤ ਹਨ। ਨਾਨਕ ਸੱਚ ਸਮਾਵੈ ਸੋਏ, ਨਾਨਕ ਸੱਚ ਸਮਾਵੈ ਸੋਏ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੀਜੇ ਰੂਪ ਵਿੱਚ ਕਹਿੰਦੇ, ਫਿਰ ਉਹ ਪੁਰਖ ਉਹ ਭਗਤ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਹੀ ਸਮਾਇਆ ਰਹਿੰਦਾ, ਸਦਾ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਹੈ, ਇਹੋ ਜਿਹੇ ਲੱਛਣਾਂ ਵਾਲਾ ਜੋ ਭਗਤ ਹੈ। ਮਹੱਲਾ ਤੀਜਾ, ਤੀਸਰੇ ਸਤਿਗੁਰੂ ਅਮਰਦਾਸ ਮਹਾਰਾਜ ਜਿੱਥੇ ਭਗਤ ਦੇ ਲੱਛਣ ਦੱਸਦੇ ਨੇ, ਉੱਥੇ ਪਖੰਡੀਆਂ ਦਾ ਵੀ ਪਾਜ ਉਘੇੜਦੇ ਹੋਏ ਕਹਿੰਦੇ ਹਨ, ਅੰਤਰ ਕਪਟ ਭਗਉਤੀ ਕਹਾਏ। ਸਾਹਿਬ ਕਹਿੰਦੇ ਵੀ ਵੇਖੋ, ਜਿਨ੍ਹਾਂ ਪੁਰਖਾਂ ਦੇ ਅੰਦਰ ਕਪਟ ਹੈ ਨਾ, ਜਿਹੜੇ ਵਾਲ ਛਲ ਕਰਦੇ ਨੇ ਅਤੇ ਧਨ ਦੇ ਵਾਸਤੇ ਪਦਾਰਥਾਂ ਵਾਸਤੇ ਪਖੰਡ ਕਰਦੇ ਹਨ, ਜਿਨ੍ਹਾਂ ਦੇ ਅੰਦਰ ਕੁਝ ਹੋਰ ਹੈ ਅਤੇ ਬਾਹਰੋਂ ਕਹਿੰਦੇ ਵੀ ਆਪਣੇ ਆਪ ਨੂੰ ਭਗਉਤੀ ਕਹਾਉਂਦੇ ਨੇ, ਬਾਹਰੋਂ ਕਹਿੰਦੇ ਵੀ ਅਸੀਂ ਪਰਮੇਸ਼ਰ ਦੇ ਭਗਤ ਹੈ, ਪਰ ਅੰਦਰ ਈਰਖਾ ਹੈ, ਅੰਦਰ ਦਵੈਸ਼ ਹੈ, ਅੰਦਰ ਇਹ ਹੈ ਵੀ ਮੇਰੇ ਕੋਲ ਪੈਸੇ ਆਉਣ, ਮੇਰੇ ਕੋਲ ਮਾਇਆ ਆਵੇ, ਅੰਦਰ ਵਿਸ਼ੇ ਵਿਕਾਰ ਨੇ, ਅੰਤਰ ਕਪਟ, ਅੰਦਰ ਕਹਿੰਦੇ ਵਲ ਛਲ ਹੈ ਭਗਉਤੀ ਕਹਾਏ, ਤੇ ਬਾਹਰੋਂ ਕਵੇ ਵੀ ਅਸੀਂ ਤਾਂ ਰੱਬ ਦੇ ਭਗਤ ਹੁੰਦੇ ਹਾਂ। ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਾਖੰਡ ਇਹੋ ਜਿਹਾ ਜਿਹੜਾ ਪਖੰਡ ਕਰਨਾ ਹੈ ਨਾ, ਵੀ ਅੰਦਰ ਕੁਝ ਹੋਰ ਤੇ ਬਾਹਰੋਂ ਭਗਤ ਬਣ ਕੇ ਵਿਖਾਉਣਾ, ਕਹਿੰਦੇ ਲੋਕ ਤਾਂ ਕੁਝ ਸਮੇਂ ਲਈ ਭਰਮ ਜਾਂਦੇ ਹੋਣਗੇ, ਪਰ ਪਾਰ ਬ੍ਰਹਮ
ਕਦੇ ਨਾ ਪਾਏ। ਜੋ ਪਰ ਬ੍ਰਹਮ ਪਰਮੇਸ਼ਰ ਹੈ ਉਹਨੂੰ ਕਹਿੰਦੇ ਵੀ ਕਦੀ ਨਹੀਂ ਪ੍ਰਾਪਤ ਕਰ ਸਕਦਾ। ਵਾਹਿਗੁਰੂ ਦੇ ਅੱਗੇ ਛਲ ਕਪਟ ਨਹੀਂ ਚੱਲਦਾ। ਜਿਹੜਾ ਛਲ ਕਪਟ ਹੈ ਉਹ ਲੋਕਾਂ 'ਚ ਚੱਲ ਜੂਗਾ। ਆਖਣ ਪੀਤਰ ਤੇਲ ਸੋ ਡਾਰ ਕੇ ਲੋਗਨ ਨੀਰ ਬਹਾਏ ਦਿਖਾਵੈ। ਅੱਖਾਂ ਦੇ ਵਿੱਚ ਕਹਿੰਦੇ ਵੀ ਤੇਲ ਲਾ ਕੇ ਆਲੇ ਦੁਆਲੇ ਸਰੋਂ ਦਾ ਅਤੇ ਉਹਦੇ ਵਿੱਚੋਂ ਪਾਣੀ ਕੱਢ ਕੇ ਵਿਖਾ ਦੇਵੇ ਵੀ ਸਾਨੂੰ ਤਾਂ ਰੱਬ ਦਾ ਵੈਰਾਗ ਹੀ ਬੜਾ ਹੈ, ਵੀ ਵਿਛੋੜੇ ਦਾ ਦੁੱਖ ਹੀ ਬੜਾ ਹੈ। ਕਹਿੰਦੇ ਵੀ ਉਹ ਲੋਕਾਂ ਨੂੰ ਤਾਂ ਕਰ ਸਕਦਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਦੁਨੀਆਂ ਵਸ ਵਿੱਚ ਹੋ ਜਾਂਦੀ ਹੈ ਪਰ ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਕਹਿੰਦੇ ਵੀ ਨਰਕਾਂ 'ਚ ਜਾ ਕੇ ਵਸੂਗਾ, ਦੁਖੀ ਭੋਗੇਗਾ, ਸਦਾ ਦੁਖੀ ਹੋਵੇਗਾ, ਕਿਉਂਕਿ ਪਖੰਡ ਕਰਨ ਦੇ ਨਾਲ ਪਾਰ ਬ੍ਰਹਮ ਪਰਮੇਸ਼ਰ ਨਹੀਂ ਮਿਲਦਾ। ਪਖੰਡੀ ਲੋਕ ਮਾਇਆ ਇਕੱਠੀ ਕਰ ਲੈਂਦੇ ਨੇ, ਲੋਕਾਂ ਦੀ ਭੀੜ ਇਕੱਠੀ ਕਰ ਲੈਂਦੇ ਨੇ, ਵਿਸ਼ੇ ਵਿਕਾਰ ਭੋਗਦੇ ਰਹਿੰਦੇ ਅਤੇ ਦੁਨੀਆਂ ਨੂੰ ਮੂਰਖ ਕੁਝ ਸਮੇਂ ਲਈ ਬਣਾ ਤਾਂ ਲੈਂਦੇ ਹਨ ਪਰ ਇਸ ਪਖੰਡ ਕਰਕੇ ਪਾਰ ਬ੍ਰਹਮ ਪਰਮੇਸ਼ਰ ਨਹੀਂ ਕਦੀ ਪ੍ਰਾਪਤ ਹੋਣਾ। ਇਹ ਸਾਨੂੰ ਗੱਲ ਇਹ ਜਣਾ ਦਿੱਤੀ ਵੀ ਆਪਾਂ ਕਈ ਵਾਰ ਚੰਗਾ ਹੀ ਬਣ ਕੇ ਬਹਿੰਦੇ ਹਾਂ ਨਾ, ਸਾਰੇ ਮਾੜਾ ਤਾਂ ਨਹੀਂ ਕੋਈ ਕਹਾਉਂਦਾ, ਸਾਰੇ ਕਹਿੰਦੇ ਹਾਂ ਵੀ ਅਸੀਂ ਘੱਟ ਨਹੀਂ, ਪੂਰੇ ਗੁਰਸਿੱਖ ਹੀ ਹੈ। ਮਹਾਰਾਜ ਸਾਹਿਬ ਕਹਿੰਦੇ ਕਹਾਈ ਭਾਵੇਂ ਜਾ ਪਰ ਇਹ ਵੇਖੀ ਵੀ ਜੇ ਪਾਰ ਬ੍ਰਹਮ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਫਿਰ ਪਖੰਡ ਨਹੀਂ ਉਹ ਚੱਲਣਾ। ਅਸਲ ਦੇ ਵਿੱਚ ਕਹਿੰਦੇ ਵਾਹਿਗੁਰੂ ਦਾ ਭਗਤ ਹੋਵੇਂ ਜਿਵੇਂ ਪਿੱਛੇ ਲੱਛਣ ਦੱਸੇ ਨੇ ਤਾਂ ਵਾਹਿਗੁਰੂ ਨਾਲ ਮਿਲੇਗਾ। ਪਖੰਡ ਕਰਕੇ ਪਾਰ ਬ੍ਰਹਮ ਜੋ ਪਾਪਾਂ ਪੁੰਨਾਂ ਤੋਂ ਪਰੇ ਹੈ ਅਤੇ ਬ੍ਰਹਮ ਜੋ ਸਭ ਦੇ ਵਿੱਚ ਵਿਆਪਕ ਹੈ, ਜੋ ਅੰਦਰ ਦੀਆਂ ਜਾਣਨ ਵਾਲਾ ਹੈ, ਉਹਨੂੰ ਕਦੀ ਪ੍ਰਾਪਤ ਨਹੀਂ ਕਰ ਸਕੇਗਾ, ਨਹੀਂ ਕਰ ਸਕਦਾ ਪਖੰਡੀ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਸਗੋਂ ਤਾਂ ਪਰ ਨਿੰਦਾ ਕਰੇ ਪਰਾਈ ਨਿੰਦਾ ਹੀ ਕਰਦੇ ਰਹਿੰਦੇ ਹਨ ਅਤੇ ਨਿੰਦਾ ਕਰ ਕਰਕੇ ਅੰਤਰ ਮਲ ਲਾਏ, ਅੰਦਰ ਵਿਕਾਰਾਂ ਦੀ ਨਿੰਦਾ ਦੀ ਆਪਣੇ ਮਨ ਵਿੱਚ ਆਪਣੇ ਹਿਰਦੇ 'ਚ ਗੰਦਗੀ ਲਾਉਂਦੇ। ਉਹ ਤਾਂ ਨਿੰਦਾ ਕਰ ਕਰਕੇ ਪਖੰਡੀ ਲੋਕ ਆਪਣਾ ਹਿਰਦਾ ਗੰਦਾ ਕਰ ਲੈਂਦੇ। ਜਿਵੇਂ ਇੱਥੇ ਬਾਬੇ ਬਕਾਲੇ ਸਾਹਿਬ ਆ ਕੇ ਬਹਿ ਗਏ ਸੀ ਅਤੇ ਇੱਕ ਦੂਜੇ ਦੀ ਨਿੰਦਾ ਹੀ ਕਰੀ ਜਾਂਦੇ ਸੀ। ਉਹ ਕਹਿੰਦਾ ਵੀ ਅਸੀਂ ਪੂਰੇ ਗੁਰੂਆਂ ਦੇ ਫਲਾਨਾ, ਉਹ ਤਾਂ ਕੱਚਾ ਹੈ। ਦੂਸਰਾ ਕਹਿੰਦਾ ਸੀ ਮੈਂ ਗੁਰੂ ਪੂਰਾ ਹੈ, ਦੂਸਰਾ ਜਿਹੜਾ ਉਹ ਤਾਂ ਕੱਚਾ ਹੈ। ਨਿੰਦਾ ਹੀ ਕਰਦੇ ਰਹੇ। ਐਵੇਂ ਹੀ ਕਰਦੇ ਨਾ ਪਖੰਡੀ ਲੋਕ, ਉਹਨਾਂ ਦੇ ਚੇਲੇ ਕਹਿਣਗੇ ਵੀ ਸਾਡੇ ਬਾਬੇ ਤਾਂ ਉਹ ਤਾਂ ਬਹੁਤ ਕਹਿੰਦੇ ਵੀ ਪੁੱਜੇ ਹੋਏ ਹਨ ਅਤੇ ਦੂਸਰਿਆਂ ਦੀ ਨਿੰਦਾ ਕਰੀ ਜਾਣਗੇ। ਐਵੇਂ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਪਖੰਡੀ ਲੋਕ ਹੈ ਨਾ, ਉਹਨਾਂ ਦਾ ਕੰਮ ਕੀ ਹੈ ਵੀ ਆਪਣੀ ਸਲੋਤਾ ਕਰ ਕਰਕੇ ਦੱਸਦੇ ਅਤੇ ਪਰ ਨਿੰਦਾ ਕਰੇ, ਹੋਰਾਂ ਦੀ ਨਿੰਦਾ ਕਰਦੇ ਹਨ ਅਤੇ ਨਿੰਦਾ ਕਰ ਕਰਕੇ ਅਣਹੋਂਦਾ ਹੀ ਭਾਰ ਉਹ ਆਪਣੇ ਸਿਰ 'ਤੇ ਚੁੱਕਦੇ ਹੈ ਅਤੇ ਜਿਹੜੀ ਪਰਾਈ ਮੈਲ ਹੈ ਉਹ ਆਪਣੇ ਅੰਤਰ ਮਲ ਲਾਏ, ਆਪਣੇ ਅੰਤਹਿਕਰਨ ਨੂੰ ਗੰਧਲਾ ਕਰੀ ਜਾਂਦੇ ਨੇ, ਵਿਸ਼ੇ ਵਿਕਾਰਾਂ ਦੇ ਅੰਦਰ ਨਿੰਦਾ ਦੀ ਮੈਲ ਲਾਈ ਜਾਂਦੇ ਹਨ। ਇਹ ਸਾਡਾ ਸੁਭਾਅ ਬਣਿਆ ਹੋਇਆ ਹੈ। ਨਿੰਦਾ ਕਰਨੀ ਜਿਹੜੀ ਹੈ ਨਾ, ਇਹ ਪਤਾ ਨਹੀਂ ਸਾਧ ਸੰਗਤ ਮਹਾਰਾਜ ਸਾਹਿਬ ਵੀ ਕਿਰਪਾ ਕਰਨ ਤਾਂ ਪਰਮੇਸ਼ਰ ਦੀ ਮਹਿਮਾ ਦੇ ਬਚਨ ਮੁੱਖੋਂ ਨਿਕਲਦੇ ਹੈ, ਨਹੀਂ ਤਾਂ ਜਦੋਂ ਦੋ ਚਾਰ ਬੰਦੇ ਕਦੇ ਖਲੋਂਦੇ ਹੈ ਅਤੇ ਕਿਸੇ ਹੋਰ ਦੀ ਨਿੰਦਾ ਜ਼ਰੂਰ ਕਰਦੇ ਆ। ਜੇ ਦੋ ਜਾਣੇ ਖਲੋਗੇ ਤਾਂ ਤੀਸਰੇ ਦੀ ਗੱਲ ਚਲਾ ਕੇ ਇੱਕ ਨੇ ਜੇ ਉਹਦੇ ਬਾਰੇ ਕੋਈ ਚੰਗਾ ਮਾੜਾ ਜਿਹਾ ਕਹਿ ਤਾਂ ਦੂਜਾ ਕਹਿੰਦਾ ਨਹੀਂ ਇਹ ਇੱਦਾਂ ਨਹੀਂ ਇੱਦਾਂ ਹੈ, ਉਹ ਨਿੰਦਾ ਕਰਕੇ ਆਖੂ ਵੀ ਉਹਦਾ ਮਾੜਾ ਹੀ ਬੜਾ, ਉਹਦੇ ਵਿੱਚ ਤਾਂ ਆਹ ਉਗਣ ਹੈ। ਨਿੰਦਾ ਦੀ ਮੈਲ ਅਸੀਂ ਬਹੁਤ ਖਾਂਦੇ ਹਾਂ, ਗੰਦਗੀ ਬਹੁਤ ਖਾਂਦੇ ਹਾਂ। ਨਿੰਦਾ ਕਰਨੀ ਐਵੇਂ ਹੀ ਹੈ ਜਿਵੇਂ ਸੂਰ ਦਾ ਕਰਮ ਹੈ। ਸੂਰ ਜਿਵੇਂ ਸਾਰੇ ਪਿੰਡ ਦੀ ਗੰਦਗੀ ਖਾਂਦਾ, ਨਲੀਆਂ ਦੇ ਗਲੀਆਂ ਦੇ ਵਿੱਚ ਮੂੰਹ ਮਾਰਦਾ ਫਿਰਦਾ, ਨਿੰਦਕ ਪੁਰਖ ਦੀ ਵੀ ਐਸੀ ਹਾਲਤ ਹੈ ਵੀ ਅਣਹੋਂਦਾ ਹੀ ਭਾਰ ਆਪਣੇ ਸਿਰ 'ਤੇ ਚੁੱਕਦਾ ਹੈ। ਤਾਂ ਹੀ ਉਹ ਸਾਹਿਬ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾ ਹੀ,
ਮਨ ਮੁਖ ਮੁਗਧ ਕਰਨ ਮੋਹ ਕਾਲੇ ਤਿਨਾ ਨਿੰਦਕਾਂ ਨਰਕੈ ਘੋਰ ਪਚੰਨ। ਕਹਿੰਦੇ ਵੀ ਉਹ ਨਰਕ ਦੇ ਵਿੱਚ ਹੀ ਸੜਦੇ ਰਹਿੰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਇਹੀ ਕਹਿ ਦਿੱਤਾ ਵੀ ਮਨ ਰੇ ਕੌਣ ਕਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿੰਨੀ। ਕਹਿੰਦੇ ਮਨਾ ਇਹ ਕਿਹੜੀ ਪੁੱਠੀ ਕਿਸੇ ਦੀ ਤੂੰ ਸਿੱਖਿਆ ਲੈ ਲਈ ਹੈ ਵੀ ਇੱਕ ਪਰਾਏ ਘਰਾਂ ਵੱਲ ਵੇਖਦਾ ਤੇ ਇੱਕ ਪਰਾਈ ਨਿੰਦਾ, ਇਹ ਕਰਮ ਕਰਦਾ ਹੈ ਤੈਨੂੰ ਡੋਬ ਕੇ ਰੱਖਣਗੇ, ਗਰਕ ਕਰ ਦੇਣਗੇ। ਇਹਦਾ ਭਾਵ ਹੈ ਵੀ ਨਿੰਦਾ ਬਹੁਤ ਹੀ ਮਾੜਾ ਕਰਮ ਹੈ ਜਿਹੜਾ ਵਾਰ ਵਾਰ ਗੁਰਬਾਣੀ ਸਤਿਗੁਰੂ ਸਾਹਿਬ ਜੀ ਨੇ ਨਿੰਦਾ ਕਰਨ ਤੋਂ ਰੋਕਿਆ ਵਰਜਿਆ ਹੈ। ਕੰਨਾਂ ਨਾਲ ਨਾ ਕਿਸੇ ਦੀ ਨਿੰਦਾ ਸੁਣੇ ਅਤੇ ਨਾ ਕਿਸੇ ਦੀ ਨਿੰਦਾ ਕਰੇ। ਅਣ ਹੁੰਦੇ ਦੋਸ਼ ਕਿਸੇ ਦੇ ਉੱਤੇ ਆਰੋਪ ਦੇਣੇ ਫਿਰ ਉਹਨਾਂ ਨੂੰ ਜਗਤ ਦੇ ਵਿੱਚ ਫੈਲਾ ਦੇਣਾ, ਬਦਨਾਮੀ ਕਰ ਦੇਣੀ, ਉਹਨੂੰ ਨਿੰਦਾ ਕਹਿੰਦੇ ਹਨ। ਸੋ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਵੀ ਪਰ ਨਿੰਦਾ ਕਰੇ। ਉਹ ਪਖੰਡੀ ਲੋਕ ਹੋਰਾਂ ਦੀ ਨਿੰਦਾ ਕਰਦੇ ਨੇ ਤੇ ਆਪਣੇ ਅੰਦਰ ਨੂੰ ਗੰਧਲਾ ਕਰੀ ਜਾਂਦੇ, ਮੈਲਾ ਕਰੀ ਜਾਂਦੇ ਹਨ। ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ। ਬਾਹਰ ਮਲ ਧੋਵੈ, ਕਹਿੰਦੇ ਬਾਹਰੋਂ ਤਾਂ ਮੈਲ ਧੋਣਦੇ ਨੇ ਸਰੀਰ ਦੀ, ਤੀਰਥਾਂ 'ਤੇ ਜਾ ਕੇ ਵੀ ਨਹਾ ਆਉਂਦੇ ਹਨ ਅਤੇ ਕਈ ਤਰ੍ਹਾਂ ਦੇ ਨਿਤ ਨਿਮਿਤ ਪਰਾਸ਼ਚਿਤ ਕਰਮ ਕਰਦੇ ਹਨ। ਬਾਹਰ ਮਲ ਧੋਵੈ, ਬਾਹਰ ਦੀ ਜਿਹੜੀ ਮੈਲ ਸਰੀਰ ਦੀ ਤਾਂ ਧੋ ਲੈਂਦੇ ਨੇ ਪਰ ਮਨ ਕੀ ਜੂਠ ਨਾ ਜਾਏ। ਜਿਹੜੀ ਮਨ ਦੀ ਜੂਠ ਕੀ ਹੁੰਦੀ ਹੈ? ਅਪਵਿੱਤਰਤਾ, ਗੰਦਗੀ। ਜਿਹੜੀ ਮਨ ਦੀ ਗੰਦਗੀ ਹੈ, ਜਿਹੜੀ ਮਨ ਦੀ ਅਪਵਿੱਤਰਤਾ ਹੈ, ਇਹ ਬਾਹਰੋਂ ਸਰੀਰ ਧੋਣ ਦੇ ਨਾਲ ਤਾਂ ਨਹੀਂ ਚਲੇ ਜਾਂਦੀ। ਠੀਕ ਹੈ ਵੀ ਸਰੀਰ ਧੋਣਾ ਚਾਹੀਦਾ, ਸਾਫ਼ ਤਾਂ ਹੋ ਜਾਂਦਾ। ਮਹਾਰਾਜ ਇਹ ਤਾਂ ਨਹੀਂ ਕਹਿੰਦੇ ਵੀ ਬਾਹਰੋਂ ਵੀ ਗੰਦੇ ਬਣ ਕੇ ਰਹੋ, ਪਰ ਇਹ ਨਾਲ ਜਣਾਉਂਦੇ ਨੇ ਵੀ ਬਾਹਰ ਦੀ ਮੈਲ ਧੋਤਿਆਂ ਮਤਾਂ ਸਮਝ ਲਈ ਵੀ ਅੰਦਰ ਦੀ ਵੀ ਧੁੱਪ ਗਈ। ਮਨ ਮੈਲਾ ਹੈ ਤਾਂ ਉਹ ਮੈਲਾ ਹੀ ਰਹੇਗਾ, ਜੇ ਨਿੰਦਾ ਯਾਦ ਕਰਮ ਕਰਦਾ ਹੈ, ਬਾਹਰ ਤੀਰਥਾਂ 'ਤੇ ਨਹਾਉਂਦਾ ਹੈ। ਗੁਰੂ ਤੋਂ ਬਗੈਰ ਮਨ ਦੀ ਅਪਵਿੱਤਰਤਾ ਦੂਰ ਨਹੀਂ ਹੁੰਦੀ। ਸਤ ਸੰਗਤ ਸਿਓ ਬਾਦ ਰਚਾਏ। ਫਿਰ ਜਿਹੜੇ ਪਖੰਡੀ ਲੋਕ ਹਨ ਉਹ ਕੀ ਕਰਦੇ ਵੀ ਸਤ ਸੰਗਤ ਸਿਓ ਬਾਦ ਰਚਾਏ। ਸਤ ਸੰਗਤ ਦੇ ਨਾਲ ਹੀ ਸਾਧ ਸੰਗਤ ਬਾਦ ਕੀ ਹੁੰਦਾ? ਝਗੜਾ ਰਚਾਈ ਰੱਖਦੇ ਹਨ, ਸੰਗਤ ਦੇ ਨਾਲ ਹੀ ਲੜਦੇ ਰਹਿੰਦੇ ਨੇ, ਸੰਗਤ ਦੇ ਵਿੱਚ ਹੀ ਰੌਲਾ ਪਾਉਂਦੇ ਰਹਿੰਦੇ ਹਨ। ਤੂੰ ਤੂੰ ਮੈਂ ਕਰਨੀ, ਜਿਹੜੇ ਗੁਰੂ ਕੇ ਸਿੱਖ ਸੰਗਤ ਕਰਦੇ ਹੋਣ ਉਹਨਾਂ ਨਾਲ ਈਰਖਾ ਕਰੀ ਰੱਖਦੇ ਹਨ। ਅਣ ਦਿਨ ਦੁਖੀਆ ਦੂਜੇ ਪਾਏ ਰਚਾਏ। ਅਣ ਦਿਨ ਦੁਖੀਆ, ਮਹਾਰਾਜ ਕਹਿੰਦੇ ਐਸੇ ਜਿਹੜੇ ਪੁਰਖ ਨੇ ਨਾ ਜਿਹੜੇ ਸੰਗਤ ਨਾਲ ਵੈਰ ਰਚਾਉਂਦੇ ਨੇ, ਰਾਤ ਦਿਨ ਉਹ ਸਦਾ ਦੁਖੀਆ ਦੁਖੀ ਹੀ ਰਹਿੰਦੇ ਹਨ। ਉਹਦਾ ਕਾਰਨ ਕੀ ਹੈ? ਵੀ ਦੂਜੇ ਪਾਏ ਰਚਾਏ, ਦੁਐਤ ਭਾਵ ਦੇ ਵਿੱਚ ਆਪ ਰਚੇ ਹੋਏ ਲੱਗੇ ਹੋਏ ਨੇ ਅਤੇ ਜਿਹੜਾ ਵੀ ਉਹਨਾਂ ਦੇ ਸੰਪਰਕ 'ਚ ਆ ਜਾਏ, ਉਹਨਾਂ ਦੇ ਲਾਗੇ ਬਹਿਣੀ ਬਹਿ ਜਾਵੇ, ਉਹਨੂੰ ਵੀ ਦੂਸਰੇ ਦਵੈਤ ਭਾਵ ਦੇ ਵਿੱਚ ਹੀ ਮਿਲਾ ਦਿੰਦੇ ਆ। ਉਹ ਕਹਿੰਦੇ ਬਸ ਆਹ ਪਦਾਰਥ ਹੀ ਆ ਸਭ ਕੁਝ, ਆ ਖਾਓ ਪੀਓ, ਕਹਿੰਦੇ ਮੌਜ ਮਾਣੋ, ਇਹੀ ਜ਼ਿੰਦਗੀ ਆ। ਹੋਰ ਕਹਿੰਦਾ ਕੀ ਹੁੰਦਾ? ਕੋਈ ਰੱਬ ਰੁੱਬ ਨਹੀਂ, ਕੋਈ ਨਾਮ ਨਹੀਂ, ਕੋਈ ਬਾਣੀ ਨਹੀਂ, ਆਪ ਉਹ ਦੂਜੇ ਪਾਸੇ ਲੱਗੇ ਆ, ਪੁੱਠੇ ਪਾਸੇ ਪਰਮੇਸ਼ਰ ਨੂੰ ਛੱਡ ਕੇ। ਅਤੇ ਹੋਰਾਂ ਨੂੰ ਵੀ ਸਾਧ ਸੰਗਤ ਜੀ ਪੁੱਠੇ ਪਾਸੇ ਲਾ ਦਿੰਦੇ ਆ, ਜਿਸ ਕਰਕੇ ਆਪ ਵੀ ਦੁਖੀਏ ਹੈ, ਹੋਰਾਂ ਨੂੰ ਵੀ ਦੁਖੀ ਕਰਦੇ ਹਨ। ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ। ਹਰੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਬਾਕੀ ਹੋਰ ਤਾਂ ਕਰਮ ਬਥੇਰੇ ਕਰਦੇ ਹਨ ਮਨਮੁੱਖ ਪਖੰਡੀ ਲੋਕ। ਬਾਕੀ ਸਭ ਕੁਝ ਕਰੀ ਜਾਣਗੇ ਪਰ ਨਾਮ ਜਪਣਾ ਨਹੀਂ ਉਹਨਾਂ ਨੂੰ ਚੰਗਾ ਲੱਗਦਾ। ਹਰੀ ਵਾਹਿਗੁਰੂ ਦੇ ਨਾਮ ਨੂੰ ਚੇਤੇ ਹੀ ਨਹੀਂ ਕਰਦੇ, ਕਦੀ ਭੁੱਲ ਕੇ ਵੀ ਪਰਮੇਸ਼ਰ ਦਾ ਚੇਤਾ ਨਹੀਂ ਆਉਂਦਾ।
ਹੋਰ ਬਹੁਤ ਤਰ੍ਹਾਂ ਦੇ ਸਾਧਨ ਕਰਦੇ ਹਨ, ਨਿਤ ਨਿਮਿਤ ਪ੍ਰਾਸ਼ਚਿਤ ਕਰਮ ਕਰਦੇ ਹਨ, ਨਿਓਲੀ ਧੋਤੀ ਆਦਿ ਕਰਦੇ ਰਹਿੰਦੇ ਹਨ। ਪੂਰਬ ਲਿਖਿਆ ਸੋ ਮਿਟਣਾ ਨਾ ਜਾਏ, ਇਹ ਸਾਰੀ ਗੱਲ ਕਹਿ ਕੇ ਫਿਰ ਮਹਾਰਾਜ ਕਹਿੰਦੇ ਭਾਈ ਇੱਦਾਂ ਹੀ ਕਹੋ ਵੀ ਇਹਨਾਂ ਦੇ ਵੀ ਵੱਸ ਦੀ ਗੱਲ ਨਹੀਂ, ਇਹਨਾਂ ਦਾ ਪੂਰਬ ਲਿਖਤ ਹੀ ਐਸੀ ਹੈ, ਧੁਰੋਂ ਪਰਮੇਸ਼ੁਰ ਵੱਲੋਂ ਪੈ ਗਈ, ਜੋ ਪੂਰਬ ਲਿਖਿਆ ਗਿਆ ਹੈ ਉਹ ਮਿਟਿਆ ਨਹੀਂ ਜਾ ਸਕਦਾ ਭੋਗੇ ਤੋਂ ਬਗੈਰ, ਭੋਗਣਾ ਹੀ ਪੈਂਦਾ ਹੈ ਜੋ ਪੂਰਬਲੇ ਕਰਮਾਂ ਦਾ ਲੇਖ ਲਿਖਿਆ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ, ਪੂਰਬ ਲਿਖਿਆ ਸੋ ਮਿਟਣਾ ਨਾ ਜਾਏ। ਕਹਿੰਦੇ ਵੀ ਉਹ ਮਿਟਦਾ ਨਹੀਂ ਕਿਸੇ ਕੋਲੋਂ, ਗੁਰੂ ਤੋਂ ਬਗੈਰ ਕੋਈ ਸਮਰੱਥ ਨਹੀਂ ਹੈ। ਗੁਰੂ ਸਾਹਿਬ ਜੀ ਕਿਉਂਕਿ ਸੁਪਨੇ ਵਿੱਚ ਹੀ ਜਿਵੇਂ ਸੰਕੇਤ ਮੰਡੀ ਦੇ ਰਾਜੇ ਦੇ 50 ਜਨਮ ਜਿਹੜੇ ਸਨ ਚੰਡਾਲਾਂ ਦੇ ਘਰ ਦੇ, ਉਹ ਸੁਪਨੇ ਜੀ ਮਹਾਰਾਜ ਨੇ ਮੇਟ ਦਿੱਤੇ ਨੇ। ਸਵਾਲ ਕੀਤਾ ਸੀ ਨਾ ਵੀ ਜੇ ਪਿਛਲਾ ਨਹੀਂ ਮਿਟਣਾ ਤਾਂ ਫਿਰ ਗੁਰੂ ਦੀ ਸ਼ਰਨ ਆਉਣ ਦਾ ਕੀ ਫਾਇਦਾ। ਮਹਾਰਾਜ ਕਹਿੰਦੇ ਭੋਗਣਾ ਦੇ ਪੈਂਦਾ ਹੀ ਹੈ, ਪਰ ਗੁਰੂ ਸਮਰੱਥ ਸਾਹਿਬ ਵੀ ਉਹ ਇੱਕੇ ਰਾਤ ਵਿੱਚ ਹੀ ਕਈ ਜਨਮਾਂ ਦੇ ਤੇਰੇ ਜਿਹੜੇ ਧੱਕੇ ਸਨ ਉਹਨਾਂ ਨੂੰ ਦੂਰ ਕਰ ਸਕਦਾ ਹੈ। ਪੂਰਬ ਲਿਖਤ ਜਿਹੜੀ ਲਿਖੀ ਗਈ ਹੈ ਉਹ ਕੋਈ ਮੇਟ ਨਹੀਂ ਸਕਦਾ, ਕੋਈ ਉਹ ਤਵਾਕੀ ਨਹੀਂ ਹੋ ਸਕਦਾ, ਪਰ ਗੁਰੂ ਸਾਹਿਬ ਜੀ ਉਹਨੂੰ ਕਿਰਪਾ ਕਰਕੇ ਤਾਂ ਸੁਪਨੇ ਵਿੱਚ ਹੀ ਭੁਗਾ ਕੇ ਸੰਕੇਤ ਮੰਡੀ ਦੇ ਰਾਜੇ ਵਾਂਗ ਦੂਰ ਕਰ ਦਿੰਦੇ ਹਨ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਗੁਰਾਂ ਦੀ ਸੇਵਾ ਕੀਤੀ ਤੋਂ ਬਗੈਰ, ਮਹਾਰਾਜ ਦਾ ਬਚਨ ਸੁਣੇ ਮੰਨੇ ਕਮਾਏ ਤੋਂ ਬਗੈਰ ਕੋਈ ਮੁਕਤ ਨਹੀਂ ਜੇ ਹੋ ਸਕਦਾ। ਜਿਹੜਾ ਪਖੰਡੀ ਵੱਡੇ ਤੋਂ ਵੱਡਾ ਕੋਈ ਬਣ ਕੇ ਵਿਖਾ ਲਵੇ, ਜਿਹੜੀ ਮੁਕਤੀ ਮਿਲਣੀ ਹੈ ਉਹ ਤਾਂ ਗੁਰੂ ਸਾਹਿਬ ਦੇ ਸਤਿਗੁਰੂ ਜਿਨੀ ਧਿਆਇਆ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਪੌੜੀ ਉਚਾਰਨ ਕਰਦੇ ਹਨ, ਇੱਥੇ ਬਚਨ ਆਇਆ ਨਾ ਵੀ ਸਤਿਗੁਰੂ ਦੀ ਸੇਵਾ ਤੋਂ ਬਗੈਰ ਮੁਕਤ ਨਹੀਂ ਹੋ ਸਕਦਾ। ਹੁਣ ਸਤਿਗੁਰੂ ਦੀ ਮਹਾਨਤਾ ਦੱਸਦੇ ਨੇ ਪੌੜੀ ਵਿੱਚ ਸ਼ਬਦ ਮੇਲ ਕੇ। ਸਤਿਗੁਰ ਦਾ ਅਰਥ ਹੈ ਜੋ ਸੱਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੇ ਹਨ, ਅਤੇ ਗੋ ਨਾਮ ਹਨੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ, ਜਿਹੜੇ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਅਤੇ ਵਾਹਿਗੁਰੂ ਦੇ ਗਿਆਨ ਦਾ ਅੰਦਰ ਚਾਨਣ ਕਰਕੇ ਅਤੇ ਸਤਿਸਰੂ ਵਾਹਿਗੁਰੂ ਨਾਲ ਮਿਲਣ ਵਾਲੇ ਉਹਨੂੰ ਕਹੀਏ ਸਤਿਗੁਰੂ। ਅਤੇ ਹੁਣ ਚੌਥੇ ਪਾਤਸ਼ਾਹ ਕਹਿੰਦੇ ਸਤਿਗੁਰ ਜਿਨੀ ਧਿਆਇਆ, ਕਹਿੰਦੇ ਭਾਈ ਜਿਨ੍ਹਾਂ ਨੇ ਪੂਰਨ ਸਤਿਗੁਰੂ ਸਾਹਿਬ ਜੀ ਨੂੰ ਧਿਆਉਣਾ ਕੀਤਾ, ਅਰਾਧਿਆ ਹੈ, ਗੁਰੂ ਸਾਹਿਬ ਜੀ ਦੀ ਆਗਿਆ ਮੰਨੀ ਹੈ। ਸੇ ਕੜਨ ਸਵਾਹੀ, ਸੇ ਕੜਨ ਸਵਾਹੀ, ਉਹ ਕੀ ਕਰਦੇ ਸਵਾਹੀ ਆਪਣੇ ਸਾਰਿਆਂ ਹੀ ਇੰਦਰੀਆਂ ਨੂੰ ਕੜਨ ਕੜ ਕਰ ਲੈਂਦੇ ਹਨ, ਭਾਵ ਕਿ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਕਰ ਲੈਂਦੇ ਨੇ। ਇੰਦਰੀਆਂ ਦੇ ਉਹ ਵਸ ਪੈ ਕੇ ਕੋਈ ਮਾੜੇ ਕਰਮ ਨਹੀਂ ਕਰਦੇ, ਇੰਦਰੀਆਂ ਨੂੰ ਆਪਣੇ ਕਾਬੂ 'ਚ ਰੱਖਦੇ ਹਨ। ਸੇ ਕੜਨ ਸਵਾਹੀ, ਜਿਹੜਾ ਦਮਦਮੇ ਸਾਹਿਬ ਵਾਲਾ ਪਾਠ ਹੈ, ਭਾਵ ਕਿ ਜਿਹੜਾ ਮੁੱਖ ਰੂਪ ਦੇ ਵਿੱਚ ਹੈ ਉਹਦਾ ਕੜਨ ਸਵਾਹੀ ਹੀ ਹੈ। ਅਤੇ ਦੂਸਰਾ ਪਾਠ ਜਿਹੜੇ ਕੋਈ ਸਹਿਜ ਪਾਠ ਕਰਦੇ ਹੈ, ਸੇ ਕੜ ਨਾ ਸਵਾਹੀ, ਜਿਹੜੀਆਂ ਪਦਸ਼ਿਤ ਬੀੜਾਂ ਕੀਤੀਆਂ ਉਹਨਾਂ ਦੇ ਵਿੱਚ ਨੰਨਾ ਵੱਖਰਾ ਹੀ ਕੀਤਾ ਹੁੰਦਾ, ਉਹਨਾਂ ਇਕੱਠਾ ਪਾਠ ਹੈ। ਸੇ ਕੜਨ ਸਵਾਹੀ, ਸਵਾਹੀ ਸਾਰੇ ਇੰਦਰੀਆਂ ਨੂੰ ਕੜਨ ਕਰ ਲੈਂਦੇ ਨੇ, ਕਾਬੂ ਕਰ ਲੈਂਦੇ ਹੈ, ਕਰਮ ਇੰਦਰੇ ਗਿਆਨ ਇੰਦਰੇ ਆਪਣੇ ਵਸ ਵਿੱਚ ਕਰ ਲੈਂਦੇ ਜਿਨ੍ਹਾਂ ਸਤਿਗੁਰਾਂ ਨੂੰ ਧਿਆਇਆ ਹੈ। ਅਤੇ ਦੂਸਰਾ ਪਾਠ ਵੀ ਹੈ ਜਿਹੜਾ ਸੇ ਕੜ ਨਾ ਸਵਾਹੀ, ਸਵਾਹੀ ਦਾ ਭਾਵ ਹੈ ਸਵੇਰੇ, ਉਹ ਸਵੇਰੇ ਉੱਠ ਕੇ ਕੜ ਨਾ ਕੜ ਦੇ ਝੂਰਦੇ ਨਹੀਂ ਹਨ, ਭਾਵ ਕਿ ਗੁਰਮੁਖ ਜਨ ਜਿਹੜੇ ਗੁਰਾਂ ਨੂੰ ਧਿਆਉਂਦੇ ਨੇ ਉਹ ਸਵੇਰੇ ਵੀ ਉੱਠਦੇ ਪ੍ਰਸੰਨ ਚੇਤੀ ਹੋ ਕੇ ਉੱਠਦੇ ਹਨ। ਜਾਂ ਕੜ ਨਾ ਸਵਾਹੀ, ਸਵਾਹੀ ਦਾ ਅਰਥ ਸੌਣਾ ਵੀ ਕਰਦੇ ਹਨ, ਵੀ ਉਹ ਰਾਤ ਦੇ ਸਮੇਂ
ਸੌਣ ਲੱਗਿਆਂ ਕੜਦੇ ਨਹੀਂ, ਕਰੁੱਝਦੇ ਨਹੀਂ, ਝੂਰਦੇ ਹੋਏ ਨਹੀਂ ਸੌਂਦੇ। ਜਿਵੇਂ ਬੰਦਾ ਕਹਿੰਦਾ ਨਾ ਅੱਜ ਤਾਂ ਘਾਟਾ ਹੀ ਪੈ ਗਿਆ, ਬਣਿਆ ਹੀ ਕੁਝ ਨਹੀਂ, ਅਤੇ ਝੂਰਦਾ ਹੀ ਸੌਂ ਜਾਂਦਾ। ਜਿਹੜੇ ਸਤਿਗੁਰੂ ਸਾਹਿਬ ਜੀ ਨੂੰ ਧਿਆਉਂਦੇ ਹਨ ਉਹ ਸਾਧ ਸੰਗਤ ਕੜਦੇ ਨਹੀਂ ਹੈ, ਕਰੁੱਝਦੇ ਝੂਰਦੇ ਹੋਏ ਸਵਾਹੀ ਸੌਂਦੇ ਨਹੀਂ ਹਨ, ਜਾਂ ਸਵਾਹੀ ਦਾ ਅਰਥ ਸਵਾਹ ਵੀ ਕਰਦੇ ਹਨ। ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਧਿਆਇਆ ਹੈ ਸੇ ਕੜ ਨਾ ਸਵਾਹੀ, ਉਹ ਕੜ ਕੜ ਕੇ ਵਿਸ਼ੇ ਵਿਕਾਰਾਂ 'ਚ ਸੜ ਸੜ ਕੇ ਸਵਾਹ ਗਰਕ ਨਹੀਂ ਹੁੰਦੇ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਮੁੱਖ ਰੂਪ ਵਿੱਚ ਜਾਣਨਾ ਸੇ ਕੜਨ ਸਵਾਹੀ, ਉਹ ਆਪਣੇ ਇੰਦਰੀਆਂ ਨੂੰ ਕੜ ਕਰ ਲੈਂਦੇ, ਕਾਬੂ ਕਰ ਲੈਂਦੇ ਹਨ। ਸਤਿਗੁਰ ਜਿਨੀ ਧਿਆਇਆ, ਜਿਨ੍ਹਾਂ ਪੁਰਖਾਂ ਨੇ ਪੂਰਨ ਸਤਿਗੁਰੂ ਸਾਹਿਬ ਜੀ ਨੂੰ ਦਿਲ ਦੀਆਂ ਗਹਿਰਾਈਆਂ ਦੇ ਨਾਲ ਧਿਆਇਆ, ਯਾਦ ਚੇਤੇ ਕੀਤਾ ਏ, ਸੇ ਤ੍ਰਿਪਤ ਆਗਾਹੀ, ਸੇ ਤ੍ਰਿਪਤ ਆਗਾਹੀ। ਤ੍ਰਿਪਤ ਹੋਣਾ ਅਤੇ ਅਗਾਹੀ ਦੋਵੇਂ ਸ਼ਬਦ ਰੱਜਣ ਨਾਲ ਸੰਬੰਧਿਤ ਨੇ। ਦੋ ਸ਼ਬਦ ਮਹਾਰਾਜ ਨੇ ਕਿ ਤੁਕ 'ਚ ਵਰਤੇ, ਭਾਵ ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਜਾਂਦੇ ਨੇ ਅਤੇ ਪਰਲੋਕ ਦੇ ਬ੍ਰਹਮ ਲੋਕ ਦੇ ਪਦਾਰਥਾਂ ਭੋਗਾਂ ਦੀ ਇੱਛਾ ਵੱਲੋਂ ਵੀ ਤ੍ਰਿਪਤ ਹੋ ਜਾਂਦੇ ਹਨ। ਕਿਉਂਕਿ ਕਈ ਲੋਕਾਂ ਨੂੰ ਤਾਂ ਹੁੰਦਾ ਨਾ ਵੀ ਸਾਨੂੰ ਆਹ ਦੁਨੀਆਂ ਦੇ ਸਾਰੇ ਪਦਾਰਥ ਮਿਲਣ, ਭੁੱਖ ਹੀ ਨਹੀਂ ਮਿਟਦੀ। ਅਤੇ ਕਈ ਐਸੇ ਲੋਕ ਵੀ ਹੁੰਦੇ ਆ ਜਿਹੜੇ ਬ੍ਰਹਮ ਲੋਕ ਦੇ ਸੁੱਖ ਭੋਗ ਭਾਲਦੇ ਹਨ ਵੀ ਸਾਨੂੰ ਬ੍ਰਹਮ ਲੋਕ ਦੇ ਸੁੱਖ ਭੋਗ ਪ੍ਰਾਪਤ ਹੋਣ। ਪਰ ਜਿਹੜੇ ਸਤਿਗੁਰੂ ਸਾਹਿਬ ਜੀ ਨੂੰ ਧਿਆਉਂਦੇ ਹਨ ਇਹ ਦੁਨੀਆਂ ਦੇ ਭੋਗਾਂ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋਏ ਰਹਿੰਦੇ ਨੇ ਸਦਾ, ਅਤੇ ਫਿਰ ਬ੍ਰਹਮ ਲੋਕ ਦੇ ਭੋਗਾਂ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਜਾਂਦੇ ਨੇ। ਕਿਉਂਕਿ ਉਹ ਦੁਨੀਆਂ ਦੇ ਪਦਾਰਥ, ਇਹ ਸਾਰੇ ਸੁੱਖ ਸਾਰੇ ਭੋਗ, ਇਹਤੋਂ ਲੈ ਕੇ ਬ੍ਰਹਮ ਲੋਕ ਤੀਕਰ ਦੇ ਜਿਹੜੇ ਸੁੱਖ ਭੋਗ ਨੇ ਉਹਨਾਂ ਨੂੰ ਕਾਂ ਦੀ ਵਿੱਠ ਤੋਂ ਵੱਧ ਕੁਝ ਵੀ ਸਮਝਦੇ ਹੀ ਨਹੀਂ ਹਨ। ਸਤਿਗੁਰ ਜਿਨੀ ਧਿਆਇਆ, ਜਿਨ੍ਹਾਂ ਪੁਰਖਾਂ ਨੇ ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਧਿਆਇਆ, ਸਿਮਰਿਆ ਹੈ, ਗੁਰਾਂ ਦੇ ਬਚਨਾਂ ਨੂੰ ਕਮਾਇਆ ਏ, ਤਿੰਨ ਜਮ ਡਰ ਨਾਹੀ, ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ। ਫਿਰ ਜੰਮਣ ਮਰਨ ਤੋਂ ਰਹਿਤ ਹੀ ਹੋ ਜਾਂਦੇ, ਜਮ ਤਾਂ ਉਹਨਾਂ ਦੇ ਨੇੜੇ ਨਹੀਂ ਆਉਂਦੇ, ਗੁਰੂ ਦੀ ਸ਼ਰਨ ਆਏ ਜਿਹੜੇ ਗੁਰਮੁਖ ਹਨ। ਜਿਨ ਕਉ ਹੋਵਾ ਕਿਰਪਾਲ ਹਰ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਸਤਿਗੁਰੂ ਨੂੰ ਜਿਨ੍ਹਾਂ ਧਿਆਇਆ ਉਹ ਤਾਂ ਲੱਛਣ ਦੱਸ ਦਿੱਤੇ ਵੀ ਉਹਨਾਂ ਨੂੰ ਲਾਭ ਕੀ ਹੈ, ਪਰ ਮਹਾਰਾਜ ਸਤਿਗੁਰੂ ਸਾਹਿਬ ਕਿਹਨੂੰ ਪ੍ਰਾਪਤ ਹੁੰਦੇ ਨੇ ਕਿ ਹਰ ਇੱਕ ਨੂੰ ਮਿਲ ਜਾਂਦੇ ਹਨ? ਕਹਿੰਦੇ ਭਾਈ ਫਿਰ ਪੜ੍ਹੋ, ਜਿਨ ਕੋ ਹੋਵਾ ਕਿਰਪਾਲ ਹਰ, ਜਿਨ੍ਹਾਂ ਦੇ ਤਾਈਂ ਹਰੀ ਪਰਮੇਸ਼ਰ ਆਪ ਕਿਰਪਾਲੂ ਹੁੰਦਾ, ਜਿਨ੍ਹਾਂ ਦੇ ਰੱਬ ਆਪ ਰਹਿਮਤ ਕਰਦਾ ਤਰਸ ਕਰਦਾ ਹੈ, ਸੇ ਸਤਿਗੁਰ ਪੈਰੀ ਪਾਹੀ, ਉਹੀ ਪੁਰਖ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪੈਰੀ ਆ ਕੇ ਪੈਂਦੇ, ਉਹੀ ਗੁਰੂ ਦੀ ਸ਼ਰਨ ਲੈਂਦੇ, ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੈ, ਗੁਰੂ ਦੀ ਕਿਰਪਾ ਨਾਲ ਸਾਰੇ ਆਨੰਦ ਮਿਲਦੇ ਹੈ, ਪਰ ਗੁਰੂ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਮਿਲਦੇ ਹਨ। ਤਿੰਨ ਐਥੈ ਓਥੈ ਮੁਖ ਉਜਲੇ, ਉਹਨਾਂ ਗੁਰਮੁਖਾਂ ਦੇ ਐਥੈ ਇਸ ਲੋਕ ਦੇ ਵਿੱਚ, ਓਥੈ ਪਰਲੋਕ ਪਰਮੇਸ਼ਰ ਦੀ ਨਿਆਏ ਸਭਾ ਦਰਗਾਹ ਵਿੱਚ ਵੀ ਮੁਖ ਉਜਲੇ, ਉਜਲ ਮੁਖ, ਪਵਿੱਤਰ ਮੁਖ ਹਨ, ਕਿਸੇ ਤਰ੍ਹਾਂ ਦਾ ਕਲੰਕ ਨਹੀਂ ਹੈ, ਨਾ ਇੱਥੇ ਕਲੰਕ ਲੱਗਾ ਵਿਕਾਰਾਂ ਦਾ, ਨਾ ਅੱਗੇ ਜਮਾਂ ਦੇ ਕੋਲ ਕੋਈ ਲੇਖੇ ਹਿਸਾਬ ਕਿਤਾਬ ਲਈ ਜਾਣਾ ਪਊਗਾ, ਜਮਾਂ ਦੇ ਕੋਲ ਜਾਣ ਦਾ ਵੀ ਕਲੰਕ ਨਹੀਂ ਹੈ, ਉਹ ਦੋਵਾਂ ਜਹਾਨਾਂ ਦੇ ਵਿੱਚ ਉੱਜਲ ਮੁਖ ਵਾਲੇ ਹਨ। ਹਰ ਦਰਗ ਹੈ ਪੈਦੇ ਜਾਹੀ, ਹਰੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਦੋਂ ਜਾਂਦੇ ਨੇ ਤੇ ਪੈਦੇ ਭਾਵ ਕੇ ਸਤਿਕਾਰੇ ਜਾਂਦੇ ਹਨ, ਉਹਨਾਂ ਨੂੰ ਸਰੋਪਾ ਪਹਿਨਾਇਆ ਜਾਂਦਾ, ਜਿਵੇਂ ਪਿਛਲੇ ਸਮਿਆਂ 'ਚ ਹੁੰਦਾ ਸੀ ਵੀ ਰਾਜੇ ਲੋਕ ਕਿਸੇ ਦੇ ਖੁਸ਼ ਹੋ ਜਾਂਦੇ ਸੀ ਨਾ, ਅਤੇ ਉਹਨੂੰ ਫਿਰ ਆਪਣੀ ਉਹ ਪੁਸ਼ਾਕ ਹੀ ਲਾਹ ਕੇ ਦੇ ਦਿੰਦੇ ਸਨ, ਪੁਸ਼ਾਕ ਦੇ ਦੇਣੀ, ਗਲ ਵਿੱਚ ਪਾਈ ਕੋਈ ਕੀਮਤੀ ਹੀਰਿਆਂ ਦੀ ਮੋਤੀਆਂ ਦੀ ਮਾਲਾ ਦੇ ਦੇਣੀ,
ਅਤੇ ਜਿਹੜੇ ਪੁਰਖ ਨੂੰ ਉਹ ਪੁਸ਼ਾਕ ਮਿਲ ਜਾਣੀ ਅਤੇ ਬਾਕੀ ਸਾਰਿਆਂ ਨੇ ਸਨਮਾਨ ਕਰਨਾ ਵੀ ਇਹ ਰਾਜੇ ਦਾ ਖਾਸ ਹੈ, ਰਾਜੇ ਨੇ ਤਾਂ ਖੁਸ਼ ਹੋ ਕੇ ਇਹਨੂੰ ਸਰੋਪਾ ਦਿੱਤਾ, ਇਹਨੂੰ ਆਪਣਾ ਪੁਸ਼ਾਕਾ ਹੀ ਦੇ ਦਿੱਤਾ, ਇਹਨੂੰ ਆਪਣੇ ਗਲ ਦੀ ਮਾਲਾ ਹੀ ਲਾ ਕੇ ਦੇ ਦਿੱਤੀ ਹੈ। ਫਿਰ ਉਹ ਸਾਰੇ ਸਭਾ ਵਾਲੇ ਆਉਂਦੇ ਜਾਂਦੇ ਇਹਨੂੰ ਸਤਿਕਾਰ ਨਾਲ ਬੁਲਾਉਂਦੇ ਨੇ। ਇਸੇ ਤਰ੍ਹਾਂ ਹੀ ਇੱਥੇ ਪੈਦਾ ਜਾਣਾ ਹੁੰਦਾ ਵੀ ਸਰੋਪਾ ਦੇਣਾ। ਮਹਾਰਾਜ ਸਾਹਿਬ ਜੀ ਇੱਥੇ ਸਰੋਪਾ ਕਿਹੜਾ ਮਿਲਦਾ ਦਰਗਾਹ ਵਿੱਚ? ਕਹਿੰਦੇ ਜੋ ਵਾਹਿਗੁਰੂ ਦਾ ਪ੍ਰੇਮ, ਵਾਹਿਗੁਰੂ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਜਸ ਰੂਪੀ ਸਰੋਪਾ ਪਹਿਨਾਇਆ ਜਾਂਦਾ ਹੈ। ਇਸ ਸੰਸਾਰ ਤੋਂ ਜਦੋਂ ਜਾਂਦੇ ਹਨ ਅਤੇ ਜਾਂਦਿਆਂ ਹੋਇਆਂ ਵੀ ਉਹਨਾਂ ਦੀ ਵਡਿਆਈ ਹੁੰਦੀ ਹੈ, ਇੱਥੋਂ ਪਰਮੇਸ਼ਰ ਦੀ ਪ੍ਰੇਮ ਭਗਤੀ ਰੂਪੀ ਪੁਸ਼ਾਕਾ ਪਹਿਨ ਕੇ ਜਾਂਦੇ ਨੇ। ਅੱਗੇ ਦਰਗਾਹ ਦੇ ਵਿੱਚ ਉਹਨਾਂ ਨੂੰ ਆਪਣੇ ਸਰੂਪ ਵਿੱਚ ਜੋ ਵਾਹਿਗੁਰੂ ਇੱਕਮਿਕ ਕਰ ਲੈਂਦਾ ਹੈ, ਆਪਣੇ ਸਰੂਪ ਦੇ ਵਿੱਚ ਅਭੇਦ ਕਰ ਲੈਂਦਾ ਹੈ, ਇਹ ਉਹਨਾਂ ਨੂੰ ਕਹਿੰਦੇ ਸਰੂਪਾ ਪਹਿਨਾਇਆ ਜਾਂਦਾ ਹੈ। ਉਹਨਾਂ ਗੁਰਮੁਖਾਂ ਨੂੰ ਜਿਹੜੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਆਏ ਨੇ, ਉਹ ਦਰਗਾਹ ਵਿੱਚ ਵੀ ਮਾਣ ਸਨਮਾਨ ਹਾਸਲ ਕਰਦੇ ਹਨ, ਉਹਨਾਂ ਨੂੰ ਵਾਹਿਗੁਰੂ ਸਰੂਪਾ ਉਹ ਦਿੰਦਾ ਹੈ, ਉਹਨਾਂ ਨੂੰ ਪਰਮੇਸ਼ਰ ਜਿਹੜਾ ਹੈ ਸਤਿਕਾਰ ਦਿੰਦਾ ਹੈ, ਜਸ ਰੂਪੀ ਪੁਸ਼ਾਕਾ ਪਹਿਨਾਉਂਦਾ ਹੈ। ਨਾਮ ਦੀ ਅਤੇ ਸਤਿਗੁਰਾਂ ਦੀ ਸੇਵਾ ਦੀ ਇੰਨੀ ਮਹਾਨਤਾ ਕਹੀ ਹੈ। ਧੰਨ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਜੀ ਨੇ ਪਵਿੱਤਰ ਉਪਦੇਸ਼ ਦਿੱਤਾ, ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ ਨੇ ਵਿਚਾਰ ਕਰਦੇ ਹਾਂ। ਗੁਰੂ ਮਹਾਰਾਜ ਗੁਰੂ ਕੀ ਸੰਗਤ ਬਖਸ਼ਿੰਦਾ ਹੈ, ਸਦਾ ਹੀ ਬਖਸ਼ਣਹਾਰ ਹੈ, ਬਖਸ਼ ਲੈਣਾ। ਜਿਨ ਕਾ ਹੋਆ ਕਿਰਪਾਲ ਹਾਰ, ਸੇ ਸਤਿਗੁਰ ਪੈਰੀ ਪਾਹੀ, ਤਿਨ ਐਥੈ ਓਥੈ ਮੁਖ ਉਜਲੇ, ਹਰ ਦਰਗੇ ਪੈਦੇ ਜਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।